ਦੋਸਤੋ ਕਹਿੰਦੇ ਨੇ, ਕਹਿੰਦੇ ਮੰਜ਼ਿਲ ਜਲਦੀ ਜਿੱਤ ਹੋ ਜੇ ਜਦ ਰਾਹੀ ਮਿਲਜਣ ਰਾਹਾਂ ਦੇ, ਹੌਸਲੇ ਦੂਣੇ ਹੋ ਜਾਂਦੇ ਨੇ ਜਦ ਸਾਥ ਹੁੰਦੇ ਭੈਣ ਭਰਾਵਾਂ ਦੇ, ਸਭ ਦੀ ਖੈਰ ਮਨਾਉਂਦੇ ਨੇ, ਇਸੇ ਲਈ ਤਾਂ ਚੂਰੀ ਹਿੱਸੇ ਆਈ ਆ ਗਾਵਾਂ ਦੇ। ਤੋ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਹੁੰਦੀ ਆ, ਜੇ ਜੱਟ ਵਿਗੜ ਗਿਆ ਫਿਲਮ ਦਾ ਟ੍ਰੇਲਰ ਵੇਖਿਆ, ਭੈਣ ਭਰਾ ਦੀ ਜੋੜੀ ਨਾਲ ਤੁਹਾਨੂੰ ਮਿਲਾਵਾਂਗੇ। ਕਹਿੰਦੇ ਇੱਕ ਕੁਆਲਿਟੀ ਹੁੰਦੀ ਆ, ਜਦੋਂ ਕੁਆਲਿਟੀ ਨਿਖਰ ਜਾਂਦੀ ਹੈ ਨਾ ਤਾਂ ਬ੍ਰਾਂਡ ਬਣ ਜਾਂਦਾ। ਇਹ ਸੱਚੀ, ਅੱਜ ਸਾਡੇ ਨਾਲ ਦੋ ਬ੍ਰਾਂਡ ਮੌਜੂਦ ਨੇ, ਜੈ ਰੰਧਾਵਾ ਵੀਰਾ ਮੌਜੂਦ ਆ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਗੁਰਦੀਪ ਕੌਰ ਗਰੇਵਾਲ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਗੱਲ। ਅੱਜ ਮੈਂ ਦੋ ਉਹਨਾਂ ਬੰਦਿਆਂ ਨਾਲ ਇੰਟਰਵਿਊ ਕਰ ਰਿਹਾ ਜਿਹਨਾਂ ਤੋਂ ਮੈਂ ਬਹੁਤ ਡਰਦਾ। ਬਿਲਕੁਲ ਵੀਰੇ, ਇਹ ਜਿੱਥੇ ਨਾ ਆਪਾਂ ਨੂੰ ਏਦਾਂ ਹੁੰਦਾ ਨਾ, ਜਿੱਥੇ ਪਿਆਰ ਜ਼ਿਆਦਾ ਹੁੰਦਾ ਹੈ ਨਾ, ਜਿੱਥੇ ਏਦਾਂ ਹੁੰਦਾ ਵੀ ਯਾਰ ਤੁਹਾਨੂੰ ਉਮੀਦਾਂ ਬਹੁਤ ਹੁੰਦੀਆਂ ਨੇ, ਉੱਥੋਂ ਡਰ ਲੱਗਣ ਲੱਗ ਜਾਂਦਾ ਵੀ ਇੱਥੇ ਕੁਝ ਗਲਤ ਨਾ ਹੋ ਜਾਵੇ, ਬਾਕੀ ਠੀਕ ਹੈ। ਏਦਾਂ ਕੁਝ ਨਹੀਂ ਹੈ। ਥੈਂਕ ਯੂ। ਤੇ ਭੈਣ ਮੈਂ ਤੁਹਾਨੂੰ ਤਾਂ ਸੱਚੀ ਮੈਂ ਬਹੁਤ ਡਰ ਰਿਹਾ ਮੈਂ ਵੀਰੇ, ਘਰ ਦੇ ਵਿੱਚ ਨਾ ਜਦੋਂ ਭੈਣ ਹੋਰਾਂ ਦੀ ਕੋਈ ਵੀ ਇੰਟਰਵਿਊ ਆਉਂਦੀ ਆ ਤਾਂ ਕੰਮ ਛੱਡ ਕੇ ਸਾਰੇ ਕਹਿੰਦੇ ਨੇ ਪਹਿਲਾਂ ਇੰਟਰਵਿਊ ਸੁਣ ਲਈ। ਸੱਚੀ ਕਹਾਂ ਤਾਂ ਮੈਂ, ਜਿੱਦਾਂ ਦਾ ਕਰੇਜ਼ ਨਹੀਂ ਹੁੰਦਾ ਸੀਗਾ ਪਹਿਲਾਂ ਆਪਾਂ ਨੂੰ ਦੂਰਦਰਸ਼ਨ ਦੀਆਂ ਖ਼ਬਰਾਂ ਦਾ ਕਰੇਜ਼ ਹੁੰਦਾ ਸੀ, ਤਾਂ ਇੱਦਾਂ ਦਾ ਮਾਹੌਲ ਸਾਡੇ ਘਰੇ ਹੁੰਦਾ ਜਦੋਂ ਤੁਹਾਡੀ ਕੋਈ ਇੰਟਰਵਿਊ ਹੁੰਦੀ ਆ, ਤੇ ਅੱਜ ਤੁਸੀਂ ਜਾਣ ਸਕਦੇ ਹੋ ਮੇਰੀ ਫੀਲਿੰਗ ਕਿਹੋ ਜੀ ਹੋਏਗੀ। ਥੈਂਕ ਯੂ ਸੋ ਮਚ। ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਨਾ ਕਿ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਹੋਈ ਆ ਫਿਲਮ ਦੇ ਵਿੱਚ, ਤੁਸੀਂ ਵੀਰੇ ਹੋਰਾਂ ਨੂੰ ਪਹਿਲੀ ਵਾਰੀ ਤੁਸੀਂ ਇੰਟਰਵਿਊ ਕੀਤਾ ਸੀਗਾ 6-7 ਸਾਲ ਪਹਿਲਾਂ ਹੈ ਨਾ, ਨਿਊਜ਼ 18 ਤੇ, ਨਿਊਜ਼ ਨੰਬਰ 1 ਤੇ, ਸੋਰੀ ਨਿਊਜ਼ ਨੰਬਰ 1 ਤੇ। ਉਦੋਂ ਤੋਂ ਲੈ ਕੇ ਹੁਣ ਤੱਕ ਸਾਥ ਦੀ ਜੇ ਮੈਂ ਪੁੱਛਾਂ ਤਾਂ ਕੀ ਕਹੋਗੇ ਸ਼ਬਦਾਂ ਦੇ ਵਿੱਚ? ਮੈਨੂੰ ਲੱਗਦਾ ਕਿ ਮੈਨੂੰ ਹਮੇਸ਼ਾ ਇੱਕ ਚੀਜ਼ ਹੁੰਦੀ ਹੈ ਕਿ ਆਪਣੇ ਗੈਸਟ ਦੇ ਨਾਲ, ਕਿਉਂਕਿ ਆਪਣਾ ਜਿਹੜਾ ਪ੍ਰੋਫੈਸ਼ਨ ਆਪਾਂ ਵਾਰ ਵਾਰ ਇੱਕ ਦੂਜੇ ਨੂੰ ਮਿਲਣਾ ਹੁੰਦਾ ਹੈ ਨਾ, ਤਾਂ ਉਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਖੁੱਲੀ ਜਾਓ। ਹਾਂ ਬਿਲਕੁਲ, ਮੈਨੂੰ ਹਮੇਸ਼ਾ, ਕਿਉਂਕਿ ਸਾਡੇ ਪ੍ਰੋਫੈਸਰਾਂ ਨੇ ਸਾਨੂੰ ਇਹ ਵੀ ਚੀਜ਼ ਸਿਖਾਈ ਸੀਗੀ ਕਿ ਤੁਸੀਂ ਇੱਕ ਪੱਤਰਕਾਰ ਹੋ ਤੇ ਤੁਹਾਡੇ ਮੂਹਰੇ ਜਿਹੜਾ ਤੁਹਾਡਾ ਇੰਟਰਵਿਊ ਹੀ ਬੈਠਾ ਉਹਦੇ ਨਾਲ ਇੱਕ ਤੁਹਾਡਾ ਰਿਸਪੈਕਟੇਬਲ ਡਿਸਟੈਂਸ ਹੋਣਾ ਚਾਹੀਦਾ ਹੈ ਨਾ। ਮੈਂ ਭਾਅ ਜੀ ਉਹਨਾਂ ਨੂੰ ਜਿਵੇਂ ਮੈਂ ਪਹਿਲੇ ਦਿਨ ਦੇਖ ਕੇ ਜਿਵੇਂ ਐਡਮਾਇਰ ਕਰਦੀ ਸੀ, ਜੋ ਮੈਂ ਰਿਸਪੈਕਟ ਉਹਨਾਂ ਦੀ ਕਰਦੀ ਸੀਗੀ, ਤਾਂ ਉਹ ਜੇ ਅੱਜ ਅਸੀਂ ਇਕੱਠੇ ਕੰਮ ਵੀ ਕਰ ਲਿਆ, ਜੇ ਉਹ ਬਹੁਤ ਮਾਣ ਨਾਲ ਮੈਨੂੰ ਭੈਣ ਵੀ ਕਹਿੰਦੇ ਨੇ, ਜਾਂ ਇਕੱਠਿਆਂ ਕੰਮ ਕੀਤਾ ਸੀ ਤਾਂ ਉਹਨਾਂ ਨੇ ਓਨੇ ਕੰਫਰਟੇਬਲ ਤਰੀਕੇ ਨਾਲ ਕੰਮ ਕਰਨ ਦੇ ਲਈ ਉੱਥੇ ਮਾਹੌਲ ਵੀ ਬਣਾਇਆ, ਤਾਂ ਪਰ ਜੋ ਮੈਂ ਪਹਿਲਾਂ ਸੋਚਦੀ ਸੀ ਉਹਨਾਂ ਬਾਰੇ, ਜਿਵੇਂ ਸੋਚਦੀ ਸੀ, ਜੋ ਰਿਸਪੈਕਟ ਸੀਗਾ, ਉਹ ਮੈਨੂੰ ਲੱਗਦਾ ਕਿ ਜੇ ਅਸੀਂ ਮੂਹਰੇ ਹੋਰ ਕਈ ਫਿਲਮਾਂ ਵੀ ਕਰ ਲਾਂਗੇ ਜਾਂ ਇਸ ਤੋਂ ਚੰਗਾ ਸਾਡਾ ਰਿਸ਼ਤਾ ਵੀ ਬਣ ਜੂਗਾ, ਤਾਂ ਉਹ ਉਵੇਂ ਹੀ ਰਹੂਗਾ। ਤਾਂ ਇਹ ਨਹੀਂ ਆ ਕਿ ਮੈਂ ਕੱਲ ਨੂੰ ਕਹੂੰਗੀ ਉਹ ਜੈ ਭਾਜੀ ਤਾਂ ਮੰਨਦੇ ਨੇ ਨਾ, ਅਸੀਂ ਨਾ ਦੋ ਤਿੰਨ ਵਾਰੀ ਮਿਲ ਲੈਂਦੇ ਆ ਫਿਰ ਸਾਡਾ ਅੱਜ ਨਾ ਜਲਦੀ ਫਿਰ ਮੋਟੇ ਸੱਥ ਵੀ ਆ ਜਾਂਦੇ। ਹਾਂ ਠੀਕ ਆ, ਉਹ ਅਸੀਂ ਡਿਸਟੈਂਸ ਭੁੱਲ ਜਾਂਦੇ ਨੇ, ਉਹ ਆਉਣਾ ਨਹੀਂ ਚਾਹੀਦਾ। ਮੈਨੂੰ ਇਹ ਲੱਗਦਾ ਕਿ ਜਿਸ ਬੰਦੇ ਨੂੰ ਤੁਸੀਂ ਐਡਮਾਇਰ ਕਰ ਰਹੇ ਹੋ, ਜਦੋਂ ਤੁਸੀਂ ਉਹਨੂੰ ਮਿਲਣ ਤੋਂ ਪਹਿਲਾਂ ਜੋ ਤੁਸੀਂ ਉਹਦੇ ਬਾਰੇ ਸੋਚਦੇ ਸੀਗੇ, ਜਦੋਂ ਤੁਸੀਂ ਮਿਲ ਲਏ ਤੁਹਾਡਾ ਰਿਸ਼ਤਾ ਬਹੁਤ ਚੰਗਾ ਵੀ ਹੋ ਗਿਆ, ਤਾਂ ਉਹ ਉਸ ਤੋਂ ਬਾਅਦ ਵੀ ਉਵੇਂ ਹੀ ਰਹਿਣਾ ਚਾਹੀਦਾ ਹੈ। ਮੈਂ ਇਸੇ ਕਰਕੇ ਗਿਆ ਸੀ ਵੀਰੇ, ਕਿਉਂਕਿ ਆਪਾਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਮੀਦਾਂ ਵੀ ਹੁੰਦੀਆਂ ਨੇ, ਕਿਤੇ ਨਾ ਕਿਤੇ ਜੇ ਅਸੀਂ ਜ਼ਿਆਦਾ ਖੁੱਲਾਂਗੇ ਨਾ ਤੁਸੀਂ ਵੀ ਚੀਜ਼ ਫੀਲ ਕਰੋਗੇ ਯਾਰ ਉਹ ਡਿਸਟੈਂਸ ਖਤਮ ਹੁੰਦਾ, ਉਹ ਨਹੀਂ ਹੋਣਾ ਚਾਹੀਦਾ ਹੈ ਨਾ। ਅਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਟਰਵਿਊ ਪਹਿਲਾਂ ਭੈਣ ਹੋਰੇ ਨਾਲ ਕਰਦੇ ਰਹੇ ਹੋ, ਅਤੇ ਹੁਣ ਫਿਲਮ ਦੇ ਵਿੱਚ ਉਹ ਭੈਣ ਭਰਾ ਦੀ ਆਪਾਂ ਪਹਿਲਾਂ ਵੀ ਇੰਟਰਵਿਊ 'ਚ ਗੱਲ ਕੀਤੀ ਆ, ਉਹ ਬੌਂਡਿੰਗ ਮੈਨੂੰ ਲੱਗਦਾ ਕਿ ਬਿਲਕੁਲ ਰੀਅਲ ਹੀ ਹੋਣੀ ਆ, ਹੈ ਨਾ? ਹਾਂਜੀ, ਕੋਸ਼ਿਸ਼ ਕੀਤੀ ਆ ਕਿ ਇੱਦਾਂ, ਦੇਖੋ ਕੁਛ ਇੱਦਾਂ ਹੈ ਕਿ ਮੈਨੂੰ ਚੀਜ਼ਾਂ ਬਣਾਉਣੀਆਂ ਨਹੀਂ ਆਉਂਦੀਆਂ, ਜਿੱਦਾਂ ਮੈਂ ਜਦੋਂ ਅਸੀਂ ਸੀਨ ਵੀ ਕਰਦੇ ਸੀ ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਮਹਿਸੂਸ ਹੋਣਾ ਚਾਹੀਦਾ, ਮਤਲਬ ਇਹ ਮੈਨੂੰ ਇਕੱਲੇ ਨੂੰ ਨਹੀਂ, ਮੈਨੂੰ, ਮੈਂ ਇਹਨਾਂ ਤੋਂ ਪੁੱਛਦਾ ਸੀ ਕਿ ਅੱਛਾ ਮੈਨੂੰ ਯਾਦ ਆ, ਅੱਜ ਵੀ ਮੈਂ ਹੁਣ ਤੁਹਾਡੇ ਨਾਲ ਗੱਲ ਕਰਦੇ ਕਰਦੇ ਤੁਸੀਂ ਇਹਨਾਂ ਕੋਲ ਯਾਦ ਆ ਗਿਆ ਇੱਕ ਸੀਨ ਸੀ, ਮੈਂ ਕਿਹਾ ਕਿ ਭੈਣੇ ਜੀ ਤੁਹਾਡਾ ਭਰਾ ਹੁੰਦਾ ਤੇ ਕਿਵੇਂ ਕਰਦਾ, ਗੱਲ ਸੀ। ਮਤਲਬ ਭਾਜੀ ਉਹਨੇ ਪੁੱਛਦੇ ਸੀ, ਇਹ ਨਹੀਂ ਕਿ ਵੀ ਮੈਨੂੰ ਬਹੁਤ ਐਕਸਪੀਰੀਅੰਸ ਆ, ਇੱਦਾਂ ਹੀ ਹੁੰਦਾ ਨਾ, ਪਰ ਇੱਕ ਜਿਵੇਂ ਕੋ ਐਕਟਰ ਦੀ ਸਲਾਹ ਲੈਣੀ ਕਿ ਜੋ ਚੀਜ਼ ਅਸੀਂ ਪਰਫੋਰਮ ਕਰ ਰਹੇ ਹਾਂ ਉਹ ਮਹਿਸੂਸ ਹੋਊਗੀ ਆਡੀਅੰਸ ਨੂੰ ਦੇਖਦਿਆਂ ਹੋਇਆਂ, ਤਾਂ ਬੜੀਆਂ ਸਾਰੀਆਂ ਚੀਜ਼ਾਂ ਭਾਜੀ ਡਿਸਕਸ ਕਰਦੇ ਹੁੰਦੇ ਸੀਗੇ ਕਿ ਤੁਹਾਨੂੰ ਲੱਗਦਾ ਕਿ ਇੱਥੇ ਆਹ ਚੀਜ਼ ਕਹਿਣੀ ਚਾਹੀਦੀ ਆ, ਜਾਂ ਜੇ ਇੱਥੇ ਤੁਹਾਡਾ ਭਰਾ ਹੁੰਦਾ ਉਹ ਆਹ ਚੀਜ਼ ਕਹਿੰਦਾ, ਜਾਂ
ਤੁਸੀਂ ਇਹੀ ਚੀਜ਼ ਕਹਿੰਦੇ ਉਹਨਾਂ ਨੂੰ ਤਾਂ ਬਹੁਤ ਸਾਰੀਆਂ ਬੌਂਡਿੰਗ ਇਹੀ ਆ ਵੀਰੇ ਹਨ ਸਭ ਤੋਂ ਵਧੀਆ ਚੀਜ਼ ਉਹ ਰਿਐਲਿਟੀ ਹੈ ਨਾ ਰਿਐਲਿਟੀ ਤੁਸੀਂ ਇਦਾਂ ਹੁੰਦਾ ਨਾ ਜਦੋਂ ਤੁਸੀਂ ਕੋਈ ਗੱਲ ਜਿੱਦਾਂ ਆਪਾਂ ਕੋਈ ਸੀਨ ਕਰਦੇ ਤਾਂ ਆਪਾਂ ਪੁੱਛਣਾ ਜ਼ਰੂਰੀ ਹੁੰਦਾ ਕਿ ਅੱਛਾ ਇਹ ਐਕਚੁਅਲ 'ਚ ਕਿਵੇਂ ਹੋਊਗਾ ਕਿ ਉਹਦੇ 'ਚ ਤੁਸੀਂ ਕਹਿ ਲਓ ਕਿ ਜਾਂ ਮੈਂ ਇੱਦਾਂ ਕਹਿੰਦਾ ਮੈਨੂੰ ਜ਼ਿਆਦਾ ਪਤਾ ਐਂ ਕਰਨਾ ਤਾਂ ਉਹ ਫਿਰ ਤੁਸੀਂ ਫਿਲਮ ਦੇ ਨਾਲ ਇਨਸਾਫ਼ ਨਹੀਂ ਕਰਦੇ ਫਿਲਮ ਨਾਲ ਇਨਸਾਫ਼ ਕਰਦੇ ਅਤੇ ਜਿਹੜਾ ਕੋਈ ਵੀ ਕੋ ਐਕਟਰ ਤੁਹਾਡੇ ਨਾਲ ਕੰਮ ਕਰ ਰਹੇ ਜਿੱਦਾਂ ਭੈਣ ਉਹਨਾਂ ਨੇ ਕਿਹਾ ਉਹਨੂੰ ਜੇ ਹੋ ਸਕਦਾ ਉਹਨੂੰ ਜ਼ਿਆਦਾ ਪਤਾ ਹੋਵੇ ਹੋ ਸਕਦਾ ਉਹਨੂੰ ਜਿਹੜਾ ਫੀਲ ਆ ਰਿਹਾ ਹੋਵੇ ਉਹ ਜ਼ਿਆਦਾ ਵਧੀਆ ਆ ਰਿਹਾ ਹੋਵੇ ਸੋ ਅਸੀਂ ਬੜਾ ਮਤਲਬ ਇਹ ਸਾਰਾ ਇੱਕ ਦੂਜੇ ਨਾਲ ਮਿਲ ਕੇ ਕੀਤਾ ਐਂਡ ਬਹੁਤ ਕੰਫਰਟੇਬਲੀ ਕੰਮ ਕੀਤਾ ਐਂਡ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਕੰਮ ਸਾਰੇ ਐਪਰੀਸ਼ੀਏਟ ਕਰਨਗੇ ਬਿਲਕੁਲ 100% ਕਰਨਗੇ ਜਿੱਦਾਂ ਅੱਜ ਮੈਂ ਵੀਰੇ ਨਾਲ ਪਹਿਲਾਂ ਗੱਲ ਕੀਤੀ ਇਹਨਾਂ ਨੇ ਰੀਲ ਸ਼ੇਅਰ ਕੀਤੀ ਹੋਈ ਸੀ ਹੈ ਨਾ ਉਹ ਵੇਖ ਕੇ ਬੜੇ ਇਮੋਸ਼ਨਲ ਜਿਹੇ ਹੋਏ ਸੀ ਅਤੇ ਜਦੋਂ ਤੁਸੀਂ ਸੀਨ ਫਿਲਮਾ ਰਹੇ ਸੀਗੇ ਬਾਕੀ ਇੱਦਾਂ ਹੁੰਦਾ ਕਿ ਰੀਅਲ 'ਚ ਵੀ ਸਾਡੇ ਅੱਖਾਂ 'ਚ ਪਾਣੀ ਆ ਜਾਵੇ ਕਿਹੜੇ ਜਿਹੜੇ ਵਿਦਾਈ ਵਾਲਾ ਵਿਦਾਈ ਵਾਲਾ ਵਿਦਾਈ ਵਾਲਾ ਮੈਨੂੰ ਨਾ ਵਿਦਾਈ ਵਾਲੇ ਤੇ ਨਹੀਂ ਰੋਣਾ ਆ ਪਰ ਵਿਦਾਈ ਤੋਂ ਪਹਿਲਾਂ ਇੱਕ ਲਾਸਟ ਡੇ ਜਿਸ ਦਿਨ ਆਪਣਾ ਪੈਕਅਪ ਹੋਇਆ ਸੀਗਾ ਆਪਾਂ ਰੱਖੜੀ ਵਾਲਾ ਸੀ ਹਾਂ ਅੱਛਾ ਉੱਥੇ ਅਸੀਂ ਹਾਸੂਸ ਕੇ ਮਤਲਬ ਕਿਉਂਕਿ ਉਹ ਗਾਣੇ ਦੇ ਵਿੱਚ ਹੀ ਜਾਣੇ ਸੀਗੇ ਸਾਰੇ ਸਿੰਕ ਤੇ ਹਾਸੂਸ ਕੇ ਸਾਰਾ ਪਰਫਾਰਮ ਕਰ ਰਹੇ ਹਾਂ ਤੇ ਭਾਜੀ ਕਹਿੰਦੇ ਮੈਂ ਨਾ ਇੱਕ ਚੀਜ਼ ਇੱਥੇ ਆਪਾਂ ਮਤਲਬ ਛੋਟੀ ਜਿਹੀ ਇਨਪੁੱਟ ਪਾਉਣੀ ਹੈ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਬਹੁਤ ਟੱਚ ਕਰੂਗੀ ਤੇ ਉਹ ਜਿਵੇਂ ਮਤਲਬ ਉਹ ਡਾਇਲੋਗ ਬੋਲ ਰਹੇ ਉਹ ਸੱਚੀ ਸੁਣਦੇ ਸੁਣਦੇ ਮੈਨੂੰ ਸੱਚੀ ਰੋਣਾ ਆ ਗਿਆ ਮੈਂ ਫੀਲ ਕੀਤਾ ਵੀ ਸ਼ਾਇਦ ਬਾਕੀ ਇਹ ਚੀਜ਼ ਹੋਈ ਹੋਣੀ ਹੈ ਤੁਹਾਡੇ ਅੱਖਾਂ 'ਚ ਪਾਣੀ ਜ਼ਰੂਰ ਆਇਆ ਹੋਣਾ ਹਾਂ ਪਰ ਹੋਰ ਬੜੇ ਸਾਰੇ ਸੀਨ ਨੇਗੇ ਜਿੱਥੇ ਤੁਹਾਨੂੰ ਗਲਿਸਰੀਨ ਦੀ ਜ਼ਰੂਰਤ ਨਹੀਂ ਪਈ ਹੈਗੀ ਕਿਉਂਕਿ ਤੁਸੀਂ ਉਹ ਚੀਜ਼ਾਂ ਮਹਿਸੂਸ ਕਰਕੇ ਪਰਫਾਰਮ ਕਰਦੇ ਹੋ ਇਹਨਾਂ ਨੇ ਤੁਸੀਂ ਤਾਂ ਸਾਰੀ ਫਿਲਮ 'ਚ ਨਹੀਂ ਕੀਤਾ ਆਪਾਂ ਕਿਸੇ 'ਚ ਨਹੀਂ ਗਾ ਸਾਡੀ ਫਿਲਮ 'ਚ ਕਿਸੇ ਨੇ ਵੀ ਨਹੀਂ ਕੀਤਾ ਹਾਂ ਮਤਲਬ ਕਿਸੇ ਨੇ ਨਹੀਂ ਕੀਤਾ ਗਲਿਸਰੀਨ ਤਾਂ ਉਹ ਮਹਿਸੂਸ ਹੀ ਕਰਨਾ ਤੁਸੀਂ ਜੇ ਮਹਿਸੂਸ ਹਾਂ ਜੇ ਤੁਸੀਂ ਮਹਿਸੂਸ ਨਹੀਂ ਕਰ ਰਹੇ ਫਿਰ ਤੁਸੀਂ ਉੱਥੇ ਹੋਰ ਗ੍ਰੈਸਲੀਨ ਦਾ ਕੋਈ ਗ੍ਰੈਸਲੀਨ ਦਾ ਕੰਮ ਅੱਖਾਂ 'ਚ ਪਾਣੀ ਤੋਂ ਲੈ ਜਾਂਦੇ ਹੋ ਫਿਰ ਉੱਥੇ ਜੇ ਤੁਸੀਂ ਮਹਿਸੂਸ ਕਰਕੇ ਨਹੀਂ ਕਰ ਰਹੇ ਨਾ ਤੁਸੀਂ ਪ੍ਰਟੈਂਡ ਕਰ ਰਹੇ ਹੋ ਤਾਂ ਫਿਰ ਤੁਸੀਂ ਉੱਥੇ ਮਕੈਨੀਕਲ ਹੋ ਜਾਂਦੇ ਹੋ ਮੈਨੂੰ ਐ ਲੱਗਦਾ ਕਿਉਂਕਿ ਮੈਨੂੰ ਐਕਟਿੰਗ ਆਉਂਦੀ ਨਹੀਂ ਗੀ ਪਰ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਇੱਥੇ ਕੋਈ ਮਤਲਬ ਜੇ ਪਰਫਾਰਮ ਕਰਨਾ ਤਾਂ ਸ਼ਾਇਦ ਇੱਥੇ ਆਈ ਹੋਊਗਾ ਕਿਉਂਕਿ ਮੈਂ ਐਕਟਰ ਨਹੀਂ ਹਾਂ ਤਾਂ ਮੈਨੂੰ ਹੁੰਦਾ ਫਿਰ ਮੈਨੂੰ ਸੱਚੀ ਰੋ ਪਵਾਂ ਹੁਣ ਇੱਥੇ ਪਰ ਜਿਹੜੇ ਮੈਂ ਸੀਨ ਦੀ ਗੱਲ ਕਰਦੀ ਹਾਂ ਉਹ ਰੱਖੜੀ ਬੰਨਣ ਵਾਲਾ ਸੀਨ ਹੈ ਨਾ ਡਾਇਲੋਗ ਸੀਗਾ ਨਾ ਕਿ ਉਹ ਕਹਿੰਦਾ ਕਿ ਹੁਣ ਇਹ ਰੱਖੜੀ ਹੁਣ ਤਾਂ ਤੂੰ ਚਲੇ ਜਾਣਾ ਭੈਣੇ ਮੈਨੂੰ ਰੱਖੜੀ ਬੰਨਣੀ ਸਿਖਾ ਦੇ ਨਾ ਤੇ ਉਹ ਜਦੋਂ ਭਾਜੀ ਨੇ ਬੋਲਿਆ ਨਾ ਉਹ ਮੈਨੂੰ ਇੱਕਦਮ ਸੁਣ ਕੇ ਬੜਾ ਰੋਣਾ ਆਇਆ ਉਹਦੇ ਤੇ ਕਿ ਉਹ ਰੱਖੜੀ ਕਰਦਾ ਕਹਿੰਦਾ ਹੁਣ ਤੂੰ ਚਲ ਜਾਣਾ ਅੱਜ ਤੋਂ ਬਾਅਦ ਤੇ ਕਹਿੰਦਾ ਮੈਨੂੰ ਰੱਖੜੀ ਬੰਨਣੀ ਤਾਂ ਸਿਖਾ ਜਾ ਇੱਕ ਵਾਰ ਅੱਜ ਕੱਲ ਵੀਰੇ ਤੁਹਾਨੂੰ ਲੱਗਦਾ ਨੀ ਕਿ ਰਿਸ਼ਤੇ ਬੜੇ ਕਮਜ਼ੋਰ ਹੋ ਗਏ ਨੇ ਅਸੀਂ ਕੰਮ ਲਈ ਹਰ ਇੱਕ ਨਾਲ ਵਰਤਦੇ ਹਾਂ ਜਦੋਂ ਕੰਮ ਹੁੰਦਾ ਅਸੀਂ ਬਾਈ ਵੀ ਕਹਿ ਦਿੰਦੇ ਹਾਂ ਫਿਰ ਜਦੋਂ ਕੰਮ ਨਹੀਂ ਹੈਗਾ ਤਾਂ ਕਿਸੇ ਦੀ ਬਾਤ ਵੀ ਨਹੀਂ ਪੁੱਛਦੇ ਮੈਂ ਤੁਹਾਡੇ ਦੋਵਾਂ ਤੋਂ ਪੁੱਛੂੰ ਅੱਜ ਦੇ ਹਾਲਾਤ ਇਹ ਹੈਗੇ ਨੇ ਕਿ ਰਿਸ਼ਤੇ ਕਮਜ਼ੋਰ ਹੋ ਗਏ ਕਈ ਵਾਰੀ ਬੇਗਾਨੇ ਵੀ ਆਪਣੇ ਤੋਂ ਵੱਧ ਵਰਤਣ ਲੱਗ ਜਾਂਦੇ ਆ ਕਈ ਵਾਰੀ ਆਪਣੇ ਵੀ ਬਹੁਤ ਬੇਗਾਨੇ ਹੋ ਜਾਂਦੇ ਆ ਮੈਨੂੰ ਨਾ ਆਪਾਂ ਸ਼ਾਇਦ ਇਹ ਬਹੁਤ ਹੀ ਸਟੀਰੀਓਟਾਈਪ ਪਾ ਕਹਿਣ ਦੇ ਲਈ ਕਿ ਪਹਿਲਾਂ ਬਹੁਤ ਪਿਆਰ ਹੁੰਦਾ ਸੀ ਹੁਣ ਨਹੀਂ ਆ ਪਰ ਮੈਨੂੰ ਲੱਗਦਾ ਕਿ ਜਿੰਨਾ ਜ਼ਮੀਨਾਂ ਪਿੱਛੇ ਪਹਿਲਾਂ ਭਰਾ ਭਰਾ ਲੜਦੇ ਸੀਗੇ ਤਾਂ ਹੁਣ ਤਾਂ ਕੋਈ ਨਹੀਂ ਲੜਦਾ ਹੈਗਾ ਹੁਣ ਮੈਨੂੰ ਲੱਗਦਾ ਕਿ ਇਮੋਸ਼ਨਲ ਬੌਂਡ ਭੈਣ ਭਰਾਵਾਂ ਦਾ ਜ਼ਿਆਦਾ ਸਟਰੋਂਗ ਆ ਇਹ ਹੋ ਸਕਦਾ ਕਿ ਮੈਂ ਨਹੀਂ ਕਹਿੰਦੀ ਕਿ ਸਾਰੀ ਥਾਈਂ ਹੋਊਗਾ ਪਰ ਬਹੁਤੀ ਜਗ੍ਹਾ ਇਹ ਹੁੰਦਾ ਸੀਗਾ ਕਿ ਆਪਸ 'ਚ ਜਿੱਥੇ ਭਰਾ ਨਹੀਂ ਹੈਗਾ ਭੈਣਾਂ 'ਤੇ ਜ਼ਮੀਨ ਵੰਡੀ ਜਾਣੀ ਉਹਨਾਂ ਦੇ ਹਲੇ ਤੱਕ ਕੇਸ ਚੱਲਦੇ ਨੇ ਅਤੇ ਭਰਾ ਤਾਂ ਹੈ ਹੀ ਨਹੀਂ ਆ ਅਤੇ ਭੈਣਾਂ ਵੀ ਨਹੀਂ ਆਪਸ 'ਚ ਇੱਕ ਦੂਜੇ ਨਾਲ ਵਰਤ ਰਹੀਆਂ ਹੈ ਨਾ ਅਤੇ ਅੱਜ ਦੇ ਟਾਈਮ 'ਚ ਮੈਂ ਨਹੀਂ ਕਹਿੰਦੀ ਕਿ ਸਾਰਿਆਂ 'ਚ ਉਨਾ ਹੋਊਗਾ ਹੀ ਹੋਊਗਾ
ਪਰ ਅੱਗੇ ਘਰਾਂ ਚ ਭਰਾ ਭਰਾ ਨੂੰ ਸਾਰੀ ਉਮਰ ਨਹੀਂ ਸੀ ਬੁਲਾਉਂਦਾ ਕਿਉਂਕਿ ਜ਼ਮੀਨਾਂ ਦਾ ਰੌਲਾ ਹੁੰਦਾ ਸੀਗਾ, ਹਨਾ। ਤੇ ਅੱਜ ਉਹ ਚੀਜ਼, ਕਿਉਂਕਿ ਅਸੀਂ ਆਪਣੇ ਫਾਦਰ ਸਾਹਿਬ ਦੀ ਪੀੜ੍ਹੀ 'ਚ ਇਹ ਚੀਜ਼ ਦੇਖੀ ਆ ਕਿ ਜ਼ਮੀਨਾਂ ਦੇ ਰੌਲੇ ਨੇ, ਕਈ ਵਾਰ ਫਿਰ ਇਹ ਹੁੰਦਾ ਸੀ ਇਦੋਂ ਤਾਂ ਜ਼ਮੀਨ ਹੀ ਨਾ ਹੁੰਦੀ, ਹੈ ਨਾ। ਮੈਨੂੰ ਇਹ ਲੱਗਦਾ ਕਿ ਜਿਹੜੇ ਭੈਣ ਭਰਾ ਦੇ ਰਿਸ਼ਤੇ ਨੇ ਨਾ, ਉਹ ਹੁਣ ਜ਼ਿਆਦਾ ਜਾ ਕੇ ਜ਼ਿਆਦਾ ਸੋਹਣੇ ਹੋਏ ਨੇ। ਅੱਗੇ ਹੁੰਦਾ ਸੀਗਾ ਜਿਵੇਂ ਅਸੀਂ ਆਪਣੇ ਐਪੀਸੋਡ 'ਚ ਭੈਣ ਨੂੰ ਗੱਲ ਕਰਦੇ ਸੀ ਕਿ ਜਦੋਂ ਉਮਰ ਵੱਧਦੀ ਹੈ ਨਾ, ਉਦੋਂ ਤੁਹਾਡੇ ਸ਼ਿਕਵੇ ਘੱਟਦੇ ਜਾਂਦੇ ਨੇ, ਫਿਰ ਤੁਹਾਨੂੰ ਵੱਡੀ ਉਮਰ 'ਚ ਜਾ ਕੇ ਅਹਿਸਾਸ ਹੁੰਦਾ ਕਿ ਅਸੀਂ ਐਵੇਂ ਲੜੀ ਗਏ, ਫਿਰ ਤੁਸੀਂ ਬੋਲਣਾ ਉਵੇਂ ਸ਼ੁਰੂ ਕਰਦੇ ਹੋ। ਪਰ ਹੁਣ ਸ਼ੁਰੂ ਤੋਂ ਹੀ ਉਵੇਂ ਹੁੰਦਾ ਆ। ਹੁਣ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਸਾਡੇ ਭਰਾ ਨਾਲ ਕੋਈ ਰੌਲਾ, ਜਾਂ ਸਾਨੂੰ ਇਹ ਲੱਗਦਾ ਕਿ ਇਹ ਚੀਜ਼ ਇਹਨੂੰ ਕਾਤੇ ਮਿਲ ਗਈ, ਸਾਨੂੰ ਕਿਉਂ ਨਹੀਂ ਮਿਲੀ। ਸਾਨੂੰ ਹੁੰਦਾ ਕਿ ਇਹਨੂੰ ਕੋਈ ਦੁਨੀਆਂ ਦੀ ਸ਼ੈ ਇਹੋ ਜਿਹੀ ਹੋਣੀ ਨਹੀਂ ਚਾਹੀਦੀ ਜਿਹੜੀ ਸਾਡੇ ਭਰਾ ਕੋਲੇ ਨਾ ਹੋਵੇ, ਹੈ ਨਾ। ਉਹ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਸਟੀਰੀਓਟਾਈਪ ਆ, ਪਹਿਲਾਂ ਪਿਆਰ ਸੀਗੇ ਹੁਣ ਨਹੀਂ ਸੀ। ਮੈਨੂੰ ਲੱਗਦਾ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ, ਪਹਿਲਾਂ ਵੀ ਪਿਆਰ ਸੀ, ਤੇ ਹੁਣ ਵੀ ਲੜਾਈਆਂ ਨੇ ਤੇ ਹੁਣ ਵੀ ਪਿਆਰ ਹੈ। ਪਰ ਮੈਨੂੰ ਇਹ ਲੱਗਦਾ ਕਿ ਇਮੋਸ਼ਨਲ ਤੇ ਅੰਡਰਸਟੈਂਡਿੰਗ ਬੌਂਡ ਆ ਜਿਹੜਾ ਭੈਣ ਭਰਾ ਵਿਚਲਾ, ਹੁਣ ਜ਼ਿਆਦਾ ਸਟਰੋਂਗ ਆ ਉਹ। ਬਸ ਠੀਕ ਹੈ, ਉਹਨਾਂ ਨੇ ਬਿਲਕੁਲ ਇਹੀ ਗੱਲ ਆ, ਇਹੀ ਜੋ ਉਹਨਾਂ ਨੇ ਆਪਣਾ ਪੁਆਇੰਟ ਆਫ ਵਿਊ ਦਿੱਤਾ ਕਿ ਬਿਲਕੁਲ ਠੀਕ ਆ। ਉਹ ਤੋਂ ਦੂਜਾ ਨਜ਼ਰੀਆ ਵੀ ਹੁੰਦਾ, ਮੇਰਾ ਇਹ ਵੀ ਮੰਨਣਾ ਕਿ ਜਿੱਦਾਂ ਦੇ ਤੁਸੀਂ ਖੁਦ ਇਨਸਾਨ ਹੋ, ਤੁਹਾਨੂੰ ਓਦਾਂ ਦੇ ਲੋਕ ਜ਼ਿੰਦਗੀ 'ਚ ਮਿਲਦੇ ਨੇ, ਤੇ ਜਿੱਦਾਂ ਤੁਸੀਂ ਦੁਨੀਆਂ ਨੂੰ ਦੇਖਦੇ ਹੋ ਤੁਹਾਨੂੰ ਓਦਾਂ ਹੀ ਦੁਨੀਆਂ ਦੇਖਦੀ ਆ। ਤੇ ਮੈਂ ਜਦੋਂ ਤੁਸੀਂ ਮੇਰੀ ਮੈਂ ਜੇ ਮੈਨੂੰ ਇੱਦਾਂ ਮੇਰੀ ਜ਼ਿੰਦਗੀ 'ਚ ਕੋਈ ਲੱਗੇ ਬੰਦਾ ਯਾਰ ਇਹ ਬੰਦਾ ਬਾਈ ਕੰਮ ਲਈ ਕਹਿ ਰਿਹਾ, ਤੇ ਇਟ ਮੀਨਸ ਮੈਂ ਵੀ ਕਿਸੇ ਨੂੰ ਕੰਮ ਲਈ ਕਹਿ ਰਿਹਾ ਹੋਊਗਾ, ਮੇਰਾ ਇਹ ਮੇਰੀ ਸੋਚਣੀ ਆ। ਸੋ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਆ। ਰਿਸ਼ਤੇ ਆਪਣੇ ਆਪਣੇ ਹੱਥ ਹੁੰਦੀਆਂ ਨੇ, ਕਈ ਵਾਰੀ ਅਸੀਂ ਬਿਨਾਂ ਗੱਲ ਤੋਂ ਹੀ ਬਹੁਤ ਜ਼ਿਆਦਾ ਰਿਐਕਟ ਕਰ ਜਾਂਦੇ ਹਾਂ ਕਿਸੇ ਚੀਜ਼ ਨੂੰ ਲੈ ਕੇ, ਵੀ ਉਹਨੇ ਮੈਨੂੰ ਇਹ ਗੱਲ ਕਿਉਂ ਕਹਿਤੀ, ਹੈ ਨਾ। ਹਾਲਾਂਕਿ ਆਪਾਂ ਉਹ ਪਹਿਲੂ ਜਾਣਨਾ ਵੀ ਨਹੀਂ ਚਾਹੁੰਦੇ ਹੁੰਦੇ, ਵਿੱਚੋਂ ਗੱਲ ਵੀ ਹੋਰ ਹੀ ਨਿਕਲਦੀ ਹੈ। ਇਹ ਵੀ ਚੀਜ਼ ਹੈਗੀ, ਸਾਡੀ ਸਹਿਨਸ਼ੀਲਤਾ ਵੀ ਬਹੁਤ ਘੱਟ ਅੱਜ ਕੱਲ੍ਹ। ਮੈਨੂੰ ਲੱਗਦਾ ਕਿ ਸੈਲਫ ਮੈਚਿਓਰਿਟੀ ਘੱਟ ਹੁੰਦੀ ਆ ਸਾਡੇ 'ਚ ਉਦੋਂ, ਜਾਂ ਕਈ ਵਾਰੀ ਬੰਦੇ ਨਾ ਮੈਂਟਲੀ, ਤੁਸੀਂ ਅੱਜ ਕੱਲ੍ਹ ਬੰਦੇ ਨੂੰ ਇਹ ਨਾ ਦੇਖੋ ਕਿ ਉਹਨੇ ਮੈਨੂੰ ਮਤਲਬ ਮੇਰੀ ਗੱਲ 'ਤੇ ਨਿੱਕੀ ਜਿਹੀ ਗੱਲ 'ਤੇ ਰਿਐਕਟ ਕਰਤਾ, ਜਾਂ ਉਹਨੇ ਮੈਨੂੰ ਐਡੀ ਵੱਡੀ ਗੱਲ ਕੀਤੀ। ਮੈਂ ਕਹਿੰਦੀ ਅੱਜ ਕੱਲ੍ਹ ਮੈਂਟਲੀ ਜਿੰਨੇ ਲੋਕ ਡਿਪਰੈਸ ਚੱਲ ਰਹੇ ਨੇਗੇ, ਤਾਂ ਉਹ ਵੀ ਚੀਜ਼ ਤੁਹਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਹੋ ਸਕਦਾ ਇਸ ਟਾਈਮ ਉਹ ਮੈਂਟਲੀ ਡਿਸਟਰਬ ਚੱਲ ਰਿਹਾ ਹੋਵੇ, ਮੈਂਟਲੀ ਲੋ ਫੀਲ ਕਰ ਰਿਹਾ ਹੋਵੇ। ਜੇ ਉਹਨੇ ਕਈ ਵਾਰੀ ਛੋਟੀ ਜਿਹੀ ਗੱਲ 'ਤੇ ਤੁਹਾਨੂੰ ਇਹ ਫੀਲ ਹੋਣ ਲੱਗ ਜਾਂਦਾ ਕਿ ਮੈਨੂੰ ਇਹਨਾਂ ਨੇ ਦੱਸਿਆ ਹੀ ਨਹੀਂ, ਮੈਨੂੰ ਇਹਨਾਂ ਨੇ ਪੁੱਛਿਆ ਹੀ ਨਹੀਂ ਹੈਗਾ, ਹੈ ਨਾ। ਕਿਉਂ? ਕਿਉਂਕਿ ਫੀਲ ਵੀ ਤੁਸੀਂ ਉਦੋਂ ਜ਼ਿਆਦਾ ਕਰਦੇ ਹੋ ਜਦੋਂ ਤੁਸੀਂ ਮੈਂਟਲੀ ਡਿਸਟਰਬ ਅਤੇ ਲੋ ਚੱਲ ਰਹੇ ਹੁੰਦੇ ਹੋ। ਸੋ ਇਹ ਵੀ ਚੀਜ਼ ਹੁੰਦੀ ਆ। ਅੱਜ ਕੱਲ੍ਹ ਇਹ ਵੀ ਚੀਜ਼ ਹੈਗੀ ਆ, ਕਿਸੇ ਨਾਲ ਸਾਡਾ ਕੋਈ ਗਿਲਾ ਹੁੰਦਾ, ਅਸੀਂ ਬਹੁਤ ਜਲਦ ਅਸੀਂ ਸਟੇਟਸਾਂ ਦੇ ਰਾਹੀਂ ਅਸੀਂ ਕੱਢ ਦਿੰਦੇ ਹਾਂ ਚੀਜ਼, ਹੈ ਨਾ। ਦੂਜੇ ਬੰਦੇ ਨੂੰ ਆਉਂਦਾ ਇਹ ਮੇਰੇ ਕਰਕੇ ਸਟੇਟਸ ਕਿਉਂ ਪਾਤਾ, ਹੈ ਨਾ। ਲੜਾਈ ਸਟੇਟਸਾਂ ਦੀ ਨਹੀਂ ਹੈਗੀ, ਕਈ ਵਾਰੀ ਬੰਦਾ ਕਹਿਣਾ ਚਾਹੁੰਦਾ ਹੁੰਦਾ ਤੇ ਕੋਈ ਸੁਣਨ ਵਾਲਾ ਨਾ ਹੋਵੇ ਜਦੋਂ ਬੰਦੇ ਕੋਲ, ਫਿਰ ਬੰਦਾ ਇੱਦਾਂ ਕਰਦਾ ਆ। ਪਰ ਮੈਨੂੰ ਲੱਗਦਾ ਤੁਹਾਡੇ ਆਲੇ ਦੁਆਲੇ ਤੁਸੀਂ ਆਪਣੇ ਇੱਦਾਂ ਦੇ ਬੰਦੇ ਤਾਂ ਤੁਹਾਡੇ ਹੋਣੇ ਹੀ ਚਾਹੀਦੇ ਨੇ ਜਿਹੜੀ ਤੁਹਾਡੀ ਗੱਲ ਸਮਝਣ, ਤੁਹਾਡੇ ਤੁਹਾਡੀ ਗੱਲ ਸੁਣਨ, ਤੇ ਫਿਰ ਇੱਦਾਂ ਨਹੀਂ ਹੁੰਦਾ। ਤੇ ਜਿਹੜਾ ਗੁੱਸਾ ਉਹ ਨਾਲੇ ਹਮੇਸ਼ਾ ਟੈਂਪਰਰੀ ਹੁੰਦਾ, ਜਿਹੜੇ ਜਿਹਦੀ ਜਿਹਦੀ ਤੁਸੀਂ ਗੱਲ ਕਰਦੇ ਕਿ ਜੋ ਬੰਦਾ ਸਟੇਟਸ 'ਚ ਲਿਖ ਕੇ ਪਾ ਵੀ ਰਿਹਾ, ਤਾਂ ਇਟ ਮੀਨਸ ਕਿ ਯਾਰ ਉਹ ਜਾ ਕੇ ਨਾ ਗੱਲ ਕਰ ਨਹੀਂ ਸਕਦਾ, ਜਾਂ ਉਹ ਸਟੇਟਸ 2 ਘੰਟੇ ਬਾਅਦ ਡਿਲੀਟ ਕਰ ਦੂਗਾ। ਹਾਂ, ਐ ਨਹੀਂ ਹੁੰਦਾ ਕਿ ਉਹਨੇ ਲਿਖ ਕੇ ਪਾ ਦਿੱਤਾ ਤੇ ਪ੍ਰੋਫਾਈਲ ਦੀ ਬਾਇਓ 'ਚ ਲਿਖਤਾ, ਇੱਦਾਂ ਨਹੀਂ ਹੁੰਦਾ, ਹੈ ਨਾ। ਸੋ ਉਹ ਤਾਂ ਟੈਂਪਰਰੀ ਚੀਜ਼ਾਂ ਨੇ ਯਾਰ। ਬਚਪਨ ਦਾ ਚੀਜ਼ ਫੀਲ ਕਰਦਾ ਯਾਰ, ਐਡੀ ਗੱਲ ਤਾਂ ਹੈ ਨਹੀਂ ਸੀ ਜਿਹੜੀ ਉਹ ਚੀਜ਼ ਮੈਂ ਲਿਖ ਕੇ ਪਾਤੀ, ਹੈ ਨਾ। ਲੜਾਈ ਛੋਟੀ ਹੁੰਦੀ ਹੈ ਜਾਂ ਹੋਰ ਜ਼ਿਆਦਾ ਵੱਧ ਜਾਂਦੀ ਹੈ। ਹਾਂਜੀ ਹਾਂਜੀ, ਉਹ ਜਦੋਂ ਸਿਆਣੇ ਕਹਿੰਦੇ ਨੇ ਕਿ ਗੁੱਸੇ ਤੇ ਖੁਸ਼ੀ ਦੇ ਵਿੱਚ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕਹਿਣੀ ਚਾਹੀਦੀ, ਜ਼ਿਆਦਾ ਖੁਸ਼ੀ ਜਾਂ ਜ਼ਿਆਦਾ ਗੁੱਸੇ 'ਚ, ਕਿ ਤੁਸੀਂ ਸਟੇਬਲ ਤੇ ਇੱਕ ਨੋਰਮਲ ਸਟੇਟ 'ਚ ਹੋ ਕੇ ਹੀ ਸੋਚਣਾ ਚਾਹੀਦਾ। ਬਿਲਕੁਲ। ਅੱਛਾ, ਜਿੱਦਾਂ ਫਿਲਮ ਦਾ ਆਪਣਾ ਟਾਈਟਲ, ਆਪਾਂ ਫਿਰ ਫਿਲਮ 'ਤੇ ਆਉਂਦੇ ਹਾਂ, ਜੇ ਜੱਟ ਵਿਗੜ ਗਿਆ। ਆਮ ਤੌਰ 'ਤੇ ਗੱਲ ਪ੍ਰਚਲਿਤ ਹੈ ਕਿ ਜਿਹੜਾ ਜਵਾਕ ਇਕੱਲਾ ਉਹ ਵਿਗੜ ਜਾਂਦਾ। ਤੁਸੀਂ ਵੀ ਘਰ 'ਚ ਇਕੱਲੇ ਹੋ, ਲਾਡਲੇ ਵੀ ਹੋ, ਸੋਰੀ ਮੈਨੂੰ ਮਾਫੀ ਚਾਹੁੰਦਾ, ਇਹ ਹੁੰਦੀ ਹੈ ਇਕੱਲਾ ਜਵਾਕ ਨੂੰ ਬਹੁਤ ਲਾਡ ਨਾਲ ਪਾਲਿਆ ਜਾਂਦਾ, ਉਹ ਤਾਂ ਵਿਗੜ ਜਾਂਦਾ।
ਮੈਨੂੰ ਲੱਗਦਾ ਵਿਗੜਦਾ ਨਹੀਂ ਆ, ਪਰ ਕੁਛ ਚੀਜ਼ਾਂ ਜਿਹੜੀਆਂ ਕਿ ਜਿੱਥੇ ਤੁਸੀਂ ਦੋ ਤਿੰਨ ਭੈਣ ਭਰਾ ਇਕੱਠੇ ਪਲਦੇ ਹੋ ਜਿਹੜੇ ਪਰਿਵਾਰ 'ਚ, ਉਹ ਸ਼ੇਅਰਿੰਗ ਦੀ ਕੰਪੈਨੀਅਨਸ਼ਿਪ ਦੀ ਜਿਹੜੀ ਫੀਲਿੰਗ ਹੁੰਦੀ ਹੈ ਉਹ ਸ਼ਾਇਦ ਇਕੱਲੇ ਬੰਦੇ 'ਚ ਨਹੀਂ ਹੁੰਦੀ। ਮੇਰੇ ਹਸਬੈਂਡ ਸਿੰਗਲ ਚਾਈਲਡ ਨੇ, ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਜਦੋਂ ਸਾਨੂੰ ਭੈਣ ਭਰਾਵਾਂ ਨੂੰ ਦੇਖਦੇ ਨੇ ਉਹਨਾਂ ਨੂੰ ਉਦੋਂ ਫੀਲ ਹੁੰਦੀਆਂ ਨੇ, ਹੈ ਨਾ, ਕਿ ਆਹ ਚੀਜ਼ ਮੈਨੂੰ ਮਿਲੀ ਨਹੀਂ ਆ। ਉਹਨਾਂ ਨੇ ਸਾਰੇ ਡਿਸੀਜਨ, ਸਾਰਾ ਸਟਰਗਲ ਉਹ ਇਕੱਲਿਆਂ ਨੇ ਆਪਣਾ ਕੀਤਾ ਨਾ, ਪਰ ਅਸੀਂ ਤਿੰਨ ਜਾਣੇ ਸੀਗੇ ਉਸ ਚੀਜ਼ ਨੂੰ ਸ਼ੇਅਰ ਕਰਨ ਦੇ ਲਈ। ਮੈਨੂੰ ਲੱਗਦਾ ਵਿਗੜ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਆਪਾਂ ਪੈਂਪਰ ਵੀ ਕਰ ਲੈਂਦੇ ਹਾਂ ਨਿਆਣੇ ਨੂੰ, ਵਿਗੜ ਵੀ ਜਾਂਦੇ ਹੋਣਗੇ, ਪਰ ਮੈਨੂੰ ਲੱਗਦਾ ਕਿ ਕੁਛ ਫੀਲਿੰਗਸ ਜਿਹੜੀਆਂ ਨੇ ਉਹ ਉਸ ਬੰਦੇ 'ਚ ਨਹੀਂ ਆਉਂਦੀਆਂ ਜਿਹੜਾ ਇਕੱਲਾ ਪੜਿਆ ਹੁੰਦਾ। ਕੁਛ ਵੰਡਣਾ, ਸਾਂਝਾ ਕਰਨਾ, ਜਿਵੇਂ ਮੈਨੂੰ ਹੁੰਦਾ ਮੈਨੂੰ ਕੋਈ ਕੁਛ ਵੀ ਮਾਇੰਡ 'ਚ ਮੇਰੇ ਗੱਲ ਆ, ਪਹਿਲੀ ਕਾਲ ਭੈਣ ਨੂੰ ਜਾਂ ਭਰਾ ਨੂੰ ਜਾਂ ਮੰਮੀ ਨੂੰ ਹੋਊਗੀ ਨਾ, ਉਹ ਸ਼ੇਅਰ ਕਰਨਗੇ ਆਪਣੇ ਦੋਸਤਾਂ ਦੇ ਨਾਲ, ਕਿਉਂਕਿ ਉਹਨਾਂ ਕੋਲ ਘਰੇ ਕੋਈ ਉੱਦਾਂ ਦਾ ਮਤਲਬ ਨਹੀਂ ਬੰਦਾ ਸੀਗਾ ਜਿਹਦੇ ਨਾਲ ਉਹ ਸਾਂਝਾ ਕਰਦੇ। ਸ਼ਾਇਦ ਉਹਨਾਂ ਦੇ ਮਤਲਬ ਦੋ ਤਿੰਨ ਭਰਾ ਜਾਂ ਭੈਣ ਭਰਾ ਇਕੱਠੇ ਹੁੰਦੇ ਉਹ, ਤਾਂ ਉਹਨਾਂ ਨਾਲ ਉਹ ਸ਼ੇਅਰ ਕਰਦੇ। ਮੈਨੂੰ ਲੱਗਦਾ ਕਿ ਹਾਂ ਵਿਗੜ ਵੀ ਜਾਂਦੇ ਹੋਣਗੇ, ਪਰ ਮੇਰਾ ਉਹ ਕੋਈ ਐਕਸਪੀਰੀਅੰਸ ਨਹੀਂ ਰਿਹਾ। ਜਾਂ ਮੇਰੇ ਚਾਚੇ ਦਾ ਮੁੰਡਾ ਵਾ, ਉਹ ਵੀ ਇਕੱਲਾ ਭਰਾ ਆ, ਤੇ ਉਹ ਇਹ ਹੈ ਕਿ ਅਸੀਂ ਉਹਦੇ ਤਾਏ ਦੇ ਨਿਆਣੇ ਸੀਗੇ, ਉਹ ਸਾਡੇ ਨਾਲ ਸ਼ੇਅਰ ਕਰਦਾ ਸਾਰੀਆਂ ਚੀਜ਼ਾਂ ਨੂੰ, ਹੈ ਨਾ। ਤੇ ਪਰ ਹਾਂ, ਜੇ ਇੱਕ ਚੀਜ਼ ਹੈ ਵੀ ਜਿਹੜੀ ਸਾਨੂੰ ਹੈ ਕਿ ਇੱਕ ਦੂਜੇ ਦੇ ਲਈ ਕਰਨਾ, ਆਪਣੇ ਤੋਂ ਪਹਿਲਾਂ ਦੂਜੇ ਨੂੰ ਰੱਖਣਾ, ਉਹ ਸ਼ਾਇਦ ਉਹਦੇ 'ਚ ਨਾ ਆਵੇ, ਕਿਉਂਕਿ ਉਹਦੇ ਉਹਨੂੰ ਮਾਹੌਲ ਹੀ ਨਹੀਂ ਮਿਲਿਆ ਹੈਗਾ। ਉਹ ਜਦੋਂ ਉਹਦਾ ਪਾਰਟਨਰ ਵਿਆਹ ਕੇ ਘਰੇ ਆਊਗਾ ਜਾਂ ਅੱਗੋਂ ਉਹਦੇ ਬੱਚੇ ਆਉਣਗੇ, ਸ਼ਾਇਦ ਉਦੋਂ ਫੀਲਿੰਗ ਉਹਦੇ 'ਚ ਆਵੇ। ਬਿਲਕੁਲ, ਥੋੜੀ ਵੀਰੇ ਜ਼ਿਆਦਾ ਬੌਂਡਿੰਗ ਮਾਤਾ ਹੋਰਾਂ ਨਾਲ ਹਰ ਗੱਲ ਸ਼ੇਅਰ ਕਰ ਲਈ ਜਾਂ ਵੀਰੇ ਨਾਲ? ਮਾਤਾ ਹੋਰਾਂ ਨਾਲ ਘੱਟ ਗੱਲਾਂ ਸ਼ੇਅਰ ਕਰਦਾ, ਮੈਂ ਤਾਂ ਖੁਸ਼ੀ ਵਾਲੀਆਂ ਗੱਲਾਂ ਸ਼ੇਅਰ ਕਰਦਾ, ਕਿ ਆਪਾਂ ਮਾਤਾ ਨੂੰ ਦੁੱਖ ਥੋੜੀ ਦੇਣੇ ਆ। ਤੇ ਮੇਰੀ ਇਦਾਂ ਹੁੰਦਾ, ਮਾਤਾ ਨੇ ਚਿਹਰਾ ਵੇਖ ਲਿਆ ਹੁੰਦਾ ਵੀ ਅੱਜ ਜਾਇਆ, ਅੱਜ ਮੇਰਾ ਪੁੱਤ ਦੁਖੀ ਆ ਨਾ ਕਿਸੇ ਗੱਲ ਤੋਂ, ਕਿਉਂਕਿ ਮਾਂ ਨਾਲ ਜਿਹੜੀ ਚੱਲਦਾ ਪਤਾ ਨਹੀਂ ਲੱਗਣ ਦਿੰਦਾ ਮੈਂ। ਇੱਦਾਂ ਕੋਈ ਗੱਲ ਪਰੇਸ਼ਾਨ ਵੀ ਕਦੀ ਕੀਤੀ ਹੋਵੇ ਤੇ ਮੈਂ ਇੱਦਾਂ ਦਾ ਉਹਨੂੰ ਅਹਿਸਾਸ ਵੀ ਨਹੀਂ ਹੋਣ ਦਿੰਦਾ ਕਿ ਇੱਦਾਂ ਹੋਵੇ, ਕਿਉਂਕਿ ਮੈਂ ਉਹਨਾਂ ਦਾ ਇਸ ਚੀਜ਼ ਦੇ ਨਾਲ ਲੈ ਕੇ ਉਹ ਤਾਂ ਟੈਨਸ਼ਨ ਹੀ ਲੈਣਗੇ। ਸੋ ਮੈਂ ਉਸ ਚੀਜ਼ ਤੋਂ ਅਵੋਇਡ ਹੀ ਕਰਦਾ ਕਿ ਉਹਨਾਂ ਨੂੰ ਨਾ ਪਤਾ ਲੱਗੇ। ਤੇ ਪਰ ਉਦਾਂ ਮੈਂ ਮਤਲਬ ਹੁਣੇ ਵੀ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੈਂ ਖੁਸ਼ਕਿਸਮਤ ਆ ਕਿ ਪਰਮਾਤਮਾ ਨੇ ਇੰਨੀ ਬੁੱਧੀ ਦਿੱਤੀ ਹੈ ਕਿ ਆਪਾਂ ਆਪਣੇ ਘਰਦੇ ਨੂੰ ਖੁਸ਼ ਰੱਖ ਸਕਦੇ ਹਾਂ। ਕਈ ਵੀ ਬੰਦਾ ਰੱਬ ਨਾ ਤੁਹਾਡਾ ਦਿਮਾਗ ਹੀ ਬੰਦ ਕਰ ਦਿੰਦਾ, ਬੰਦੇ ਨੂੰ ਐਂ ਲੱਗਦਾ ਕਿ ਮੇਰੀ ਫੈਮਿਲੀ ਵਧੀਆ ਹੀ ਨਹੀਂ। ਮੈਂ ਬਹੁਤ ਸਾਰੇ ਇੱਦਾਂ ਦੇ ਲੋਕਾਂ ਨੂੰ ਜਾਣਦਾ ਜਿਹੜੇ ਆਪਣੇ ਮੰਮੀ ਤੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ। ਤਾਂ ਮੈਂ ਜਿੱਦਾਂ ਉਹ ਮੈਨੂੰ ਇੱਦਾਂ ਲੱਗਦਾ ਕਿ ਮੈਂ ਸ਼ੁਕਰ ਕਰਾਂ ਕਿ ਸ਼ੁਕਰ ਆਪਾਂ ਨੂੰ ਇੰਨੀ ਅਕਲ ਹੈਗੀ ਹੈ। ਦੂਜੀ ਉਹ ਵੀਰਾ ਸੀ, ਦੂਜਾ ਉਹਨੇ ਮੈਨੂੰ ਗੱਲ ਵਧੀਆ ਕਹੀ, ਕਹਿੰਦੇ ਕਿ ਜਦੋਂ ਤੁਸੀਂ ਆਪਦੇ ਘਰਦਿਆਂ ਦਾ ਕੋਈ ਵੀ ਚੀਜ਼ ਜਿਹੜੀ ਸਪੈਸ਼ਲ ਮੂਵਮੈਂਟ ਸ਼ੇਅਰ ਕਰਦੇ ਆ ਸੋਸ਼ਲ ਮੀਡੀਆ ਤੇ ਉਹਦੇ ਨਾਲ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਵੀ ਕਰੀਏ। ਉਹ ਹਾਲਾਂਕਿ ਮੈਨੂੰ ਨਹੀਂ ਪਤਾ ਸੀ, ਹਾਂ ਮੈਂ ਤਾਂ ਆਪਦੀ ਮੂਵਮੈਂਟ ਸ਼ੇਅਰ ਕਰਦਾ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਮੰਮੀ ਨਾਲ ਮੇਰੀਆਂ ਬਹੁਤ ਮੈਮਰੀਜ਼ ਹੋਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਦੇਖੀਏ ਤੇ ਉਹ ਆਪ ਵੀ ਖੁਸ਼ ਹੋਣ ਤੇ ਉਹਨਾਂ ਨੂੰ ਵੀ ਲੱਗੇ ਵਧੀਆ, ਤੁਹਾਡੀ ਜ਼ਿੰਦਗੀ 'ਚ ਖੁਸ਼ੀ ਰਹਿਣੀ ਚਾਹੀਦੀ ਹੈ। ਵੀਰੇ ਬਾਈ, ਜਿੱਦਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ, ਕਈ ਵਾਰੀ ਅਸੀਂ ਤਾਂ ਕੋਲ ਰਹਿੰਦੇ ਹੀ ਨਹੀਂ ਹੈਗੇ ਮਾਂ ਬਾਪ ਦੇ, ਹੈ ਨਾ, ਬਿਨਾਂ ਗੱਲ ਤੁਸੀਂ ਤਾਂ ਦੂਰੀ ਪਾਈ ਬੈਠੇ ਹਾਂ, ਪਰ ਜਦੋਂ ਸੱਚੀ ਗੱਲ ਆ, ਜਦੋਂ ਅਸੀਂ ਤੁਹਾਡੀ ਕੋਈ ਰੀਲ ਵੇਖਦੇ ਹਾਂ, ਤੁਸੀਂ ਤਾਂ ਲੱਗਦਾ ਯਾਰ ਸਾਡਾ ਵੀ ਫਰਜ਼ ਬਣਦਾ, ਹੈ ਨਾ, ਤੁਸੀਂ ਤਾਂ ਇੰਨੇ ਬਿਜ਼ੀ ਹੋ ਫਿਰ ਵੀ ਟਾਈਮ ਕੱਢ ਲੈਣਾ, ਤਾਂ ਬੰਦਾ ਵਿਹਲਾ ਵੇ ਕੇ ਨਹੀਂ ਕੋਲ ਬਹਿੰਦਾ, ਚੀਜ਼ਾਂ ਜ਼ਰੂਰੀ ਵੀ ਨੇ ਕਿਤੇ ਨਾ ਕਿਤੇ ਉਹ ਚੀਜ਼ਾਂ। ਮੈਨੂੰ ਲੱਗਦਾ ਕਿ ਜਿੱਦਾਂ ਇਹਦਾ ਭੈਣ ਜਵਾਬ ਵਧੀਆ ਦੇ ਸਕਦੇ ਆ। ਮੈਂ ਨਾ ਵਿਆਹ ਤੋਂ ਬਾਅਦ ਆਪਦੇ ਪਿੰਡ ਗਈ ਹੋਈ ਸੀਗੀ, ਤੇ ਆਪਣੀ ਆਦਤ ਆ ਕਿ ਮੈਨੂੰ ਪਿੰਡ ਜਾ ਕੇ ਉਦੋਂ ਹੀ ਫੀਲ ਆਉਂਦਾ ਜਦੋਂ ਮੈਂ ਪਹਿਲਾਂ ਵਾਂਗੂ ਜੇ ਮੈਂ ਉੱਥੇ ਜਾ ਕੇ ਕੋਈ ਕੰਮ ਕਰ ਰਹੀ ਹਾਂ ਜਾਂ ਕੁਛ, ਮੈਂ ਇੱਦਾਂ ਹੀ ਨਾ ਘਰ ਦੇ ਬਾਹਰ ਇੱਦਾਂ ਹੀ ਸਾਫ਼ ਸਫਾਈ 'ਚ ਪੱਤੇ ਪੁੱਤੇ 'ਚ ਕੱਢ ਰਹੀ ਸੀ ਬੂਟਿਆਂ 'ਚ, ਤਾਂ ਸਾਡੇ ਅਸੀਂ ਉਹਨਾਂ ਨੂੰ ਬਾਜੀ ਕਹਿੰਦੇ ਹਾਂ, ਸਾਡੇ ਦਾਦਿਆਂ ਦੀ ਥਾਂ ਲੱਗਦੇ ਨੇ ਨਾ, ਤਾਂ ਉਹ ਆਏ ਮੈਨੂੰ ਕਹਿੰਦੇ ਭਾਈ ਤੂੰ ਆਈ ਹੋਈ ਆ, ਮੈਂ ਕਿਹਾ ਹਾਂ, ਕਹਿੰਦੇ ਇਹ ਬਹੁਤ ਜ਼ਰੂਰੀ ਆ, ਧੀ ਦਾ ਮਾਂ ਨੂੰ ਮਿਲਣਾ ਤਾਂ ਮਾਂ ਦਾ ਧੀ ਨੂੰ ਮਿਲਣਾ, ਇਹ ਮੈਨੂੰ ਲੱਗਦਾ ਇਕੱਲਾ ਮਾਂ ਧੀ ਲਈ, ਇਹ ਮਾਂ ਪੁੱਤ ਲਈ ਵੀ ਹੁੰਦਾ ਆ, ਹੈ ਨਾ। ਸੋ ਮੈਂਟਲੀ ਬੌਂਡ
ਇਮੋਸ਼ਨਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਕਹਿੰਦੇ, ਤੁਸੀਂ ਕਿਹਾ ਜਿਵੇਂ ਕਿ ਬੰਦਾ ਸੋਸ਼ਲ ਮੀਡੀਆ 'ਤੇ ਸਟੇਟਸ ਪਾ ਲੈਂਦਾ, ਪਰ ਉਹ ਇਹ ਜ਼ਰੂਰੀ ਨਹੀਂ ਸਮਝਦਾ ਵੀ ਮੈਂ ਜਾ ਕੇ ਉਹਦੇ ਕਿਸੇ ਭੈਣ ਭਰਾ ਨਾਲ ਗੱਲ ਕਰ ਲਵਾਂ, ਹੈ ਨਾ। ਤੁਸੀਂ ਆਪਣੀ ਲਾਈਫ ਨੂੰ ਸੋਸ਼ਲ ਮੀਡੀਆ ਦੇ ਨਾਲ ਚਲਾ ਰਹੇ ਹੋ, ਤੁਹਾਡੀ ਲਾਈਫ ਸੋਸ਼ਲ ਮੀਡੀਆ 'ਤੇ ਡਿਪੈਂਡ ਆ। ਤੁਸੀਂ ਇਹ ਦੇਖਿਆ ਨੇ ਮੇਰੇ ਇੰਨੇ ਫੋਲੋਅਰ ਹੋ ਗਏ, ਇਸ ਟਾਈਮ ਮੈਨੂੰ ਇੰਨੇ ਬੰਦਿਆਂ ਨੇ ਮੇਰੀ ਸਟੋਰੀ ਦੇਖ ਲਈ ਆ, ਹੈ ਨਾ। ਨਾਲ ਤੁਹਾਡੇ ਇੱਥੇ ਬੈੱਡ 'ਤੇ ਪਏ ਤੁਹਾਡੇ ਨਿਆਣੇ ਤੁਹਾਡੇ ਵੱਲ ਦੇਖ ਰਹੇ ਹੁੰਦੇ ਨੇ ਵੀ ਫੋਨ ਕਦੋਂ ਚੱਲਿਆ। ਬਹੁਤ ਸਾਰੀ ਕਹਿੰਦੇ ਨੇ ਕਿ ਮਾਂ ਬਾਪ ਨਾਲ ਅਸੀਂ ਗੱਲ ਕੀ ਕਰੀਏ, ਉਹ ਜਿਹੋ ਜਿਹੀ ਗੱਲ ਕਰਨੀ ਚਾਹੁੰਦੇ ਨੇ, ਫਿਰ ਤੁਸੀਂ ਉਹੋ ਜਿਹੀ ਗੱਲ ਕਰ ਲਓ। ਆਪਾਂ ਆਪਣਾ ਕਲਚਰ ਹੋਰ ਆ, ਆਪਣੀ ਲਾਈਫ ਸਟਾਈਲ ਹੋਰ ਆ। ਆਪਾਂ ਬਾਹਰ ਆਉਂਦੇ ਹਾਂ, ਭਾਅ ਜੀ ਕੰਮ ਕਰਦੇ ਨੇ, ਆਂਟੀ ਉਹਨਾਂ ਨੂੰ ਸ਼ਾਇਦ ਇਸ ਚੀਜ਼ ਬਾਰੇ, ਮਾਤਾ ਉਹਨਾਂ ਨੂੰ ਨਹੀਂ ਪਤਾ ਹੋਊਗਾ ਬਹੁਤ ਜ਼ਿਆਦਾ, ਹੈ ਨਾ। ਜ਼ਰੂਰੀ ਥੋੜ੍ਹੀ ਹੈ ਵੀ ਜੇ ਹੁਣ ਇਹਨਾਂ ਦੇ ਨਾਲ ਗੱਲ ਕਰਨੀ ਹੈ ਤਾਂ ਫਿਲਮ ਮੇਕਿੰਗ ਦੀ ਹੀ ਗੱਲ ਕੀਤੀ ਜਾਵੇ, ਹੈ ਨਾ। ਮੈਂ ਰਾਜ ਫਤਿਹਪੁਰ ਆਪਣੇ ਜਿਹੜੇ ਗੀਤਕਾਰ ਨੇ, ਮੈਂ ਉਹਨਾਂ ਦੇ ਨਾਲ ਗੱਲ ਕਰ ਰਹੀ ਸੀਗੀ ਤੇ ਉਹ ਕਹਿੰਦੇ ਕਿ ਮੈਂ ਤਾਂ ਘਰੇ ਜਾ ਕੇ ਇਹ ਵੀ ਡਿਸਕਸ ਕਰਦਾ ਮੰਮੀ ਕਿੰਨੇ ਸੂਟ ਲਿਆਈਆਂ ਹੋਰ, ਕਿਹੜੇ ਰੰਗ ਦੇ ਲਿਆਈਆਂ ਹੋਰ, ਕਿਉਂਕਿ ਉਹਨਾਂ ਨੂੰ ਉਹੀ ਗੱਲਾਂ 'ਚ ਮਜ਼ਾ ਆਉਂਦਾ, ਹੈ ਨਾ। ਉਹ ਉਹਨਾਂ ਦਾ ਕੰਟੈਂਟ ਉਹੀ ਆ। ਬਹੁਤੇ ਆਪਣੇ ਕਈ ਵਾਰੀ ਆਪਾਂ ਸਿਆਣੇ ਹੋ ਜਾਂਦੇ ਹਾਂ ਵੀ ਕੀ ਗੱਲ ਕਰੀਏ, ਘਰਦਿਆਂ ਕੋਲ ਇੱਕੋ ਹੀ ਗੱਲਾਂ ਨੇ, ਫਿਰ ਉਹੀ ਕਰ ਲਓ, ਫਿਰ ਕੀ ਜਾਂਦਾ। ਬਾਹਰ ਵੀ ਤਾਂ ਆਪਾਂ ਬੈਠ ਕੇ ਕਿੰਨਾ ਗਿਆਨ ਝਾੜਦੇ ਹਾਂ, ਘੰਟਾ ਕਿਸੇ ਨਾਲ ਬਹਿ ਗਏ, ਚਾਹ ਪੀਣ ਗਏ ਆਪਾਂ ਬਿਨਾਂ ਮਤਲਬ ਤੋਂ ਫੋਨ ਕਰਕੇ, ਅੱਛਾ ਇਕੱਠੇ ਚਾਹ ਪੀਂਦੇ ਹਾਂ, ਫਿਰ ਆਪਾਂ ਕਿੰਨੇ ਲੋਕਾਂ ਦੀਆਂ ਗੱਲਾਂ ਕਰਦੇ ਹਾਂ, ਉਹਨੂੰ ਆਹ ਨਹੀਂ ਕਰਨਾ ਆਉਂਦਾ, ਉਹਨੂੰ ਉਹ ਨਹੀਂ ਕਰਨਾ ਆਉਂਦਾ, ਆਪਾਂ ਨੈਗੇਟਿਵ ਚੀਜ਼ਾਂ ਡਿਸਕਸ ਕਰਦੇ ਹਾਂ ਨਾ, ਪਰ ਘਰੇ ਨਹੀਂ ਆਪਾਂ ਕਰ ਸਕਦੇ। ਆਪਾਂ ਕਹਿੰਦੇ ਹਾਂ ਘੱਟੋ ਘੱਟ ਆਈ ਕਹਿ ਦਿਓ ਵੀ ਸਬਜ਼ੀ ਮੇਰੀ ਪਸੰਦ ਦੀ ਬਣਾ ਦਿਓ, ਜਾਜਾ ਬਹੁਤ ਵਧੀਆ ਬਣਾਇਆ ਤੁਸੀਂ, ਹੈ ਨਾ। ਮਤਲਬ ਜੋ ਗੱਲਾਂ ਉਹ ਕਰਨਾ ਚਾਹੁੰਦੇ ਉਹਨਾਂ ਨੂੰ ਉਹ ਜੀ ਕਰ ਲਓ ਤੁਸੀਂ। ਵੀਰੇ ਤੁਹਾਡੇ ਨਾਲ ਇਹ ਚੀਜ਼ ਹੁੰਦੀ ਹੈ ਜਦੋਂ ਅਸੀਂ ਪਿੰਡ ਜਾਂਦੇ ਹਾਂ ਤਾਂ ਮਾਤਾ ਹੋਰਾਂ ਦਾ ਇੱਦਾਂ ਹੁੰਦਾ ਨਾ, ਜਿੰਨਾ ਉਹਨਾਂ ਦੀਆਂ ਆਪਦੀਆਂ ਗੱਲਾਂ ਨੇ, ਅੱਜ ਖੇਤ ਆਹ ਕੰਮ ਹੋਇਆ, ਅੱਜ ਫਲਾਣਿਆਂ ਨੇ ਆਹ ਚੀਜ਼ ਹੋਈ, ਗੁਆਂਢ 'ਚ ਆਇਆ ਹੋਇਆ, ਇੱਦਾਂ ਹੋਇਆ, ਤੁਹਾਡੇ ਨਾਲ ਵੀ ਮਾਤਾ ਫਿਰ ਇੱਦਾਂ ਦੇ ਹੁੰਦੇ ਨੇ ਗੱਲਾਂ ਬਾਤਾਂ? ਹਾਂਜੀ ਹਾਂਜੀ, ਮੈਂ ਨਾ ਵੀਰੇ, ਮੇਰੀ ਇੱਕ ਚੰਗੀ ਗੱਲ ਇਹ ਆ, ਮੈਂ ਉਹਨਾਂ ਨੂੰ ਟੋਕਦਾ ਨੀਗਾ। ਜਿੱਦਾਂ ਜਿੱਦਾਂ ਨਾ ਆਪਣੇ ਮੈਨੂੰ ਆਪਣੀ ਜਨਰੇਸ਼ਨ 'ਚ ਕੀ ਵਰਦੀ ਲੱਗਦੀ ਗੱਲ, ਆਪਾਂ ਇਹ ਕਹਿਣ ਲੱਗ ਜਾਂਦੇ ਹਾਂ ਕਿ ਸਾਡੇ ਨਹੀਂ ਨਹੀਂ ਤੁਹਾਨੂੰ ਨੀ ਪਤਾ। ਉਹਨਾਂ ਨੂੰ ਜਿਹੜਾ ਜਿੰਨਾ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਹਿਸਾਬ ਨਾਲ ਬਹੁਤ ਆ, ਤੇ ਜੇ ਉਹਨਾਂ ਨੂੰ ਦੱਸ ਕੇ ਵੀ ਆਪਾਂ ਨੂੰ ਕੀ ਤਸੱਲੀ ਮਿਲਣੀ ਹੈ। ਇਹ ਤੋਂ ਚੰਗਾ ਉਹਨਾਂ ਨੂੰ ਜੋ ਕਹਿ ਰਹੇ ਹੋ ਮੰਨ ਲਓ, ਜੇ ਉਹਨਾਂ ਨੂੰ ਲੱਗ ਰਿਹਾ ਕਿ ਨਹੀਂ ਕਵੇਲਾ ਹੋ ਰਿਹਾ, ਰੋਟੀ ਟਾਈਮ ਤੇ ਖਾਣੀ ਚਾਹੀਦੀ, ਤੇ ਕਹੋ ਹਾਂਜੀ ਠੀਕ ਆ ਖਾ ਲੈਂਦੇ ਹਾਂ, ਕੋਈ ਰੌਲਾ ਨੀ ਇਹਦੇ 'ਚ। ਇਸ 'ਚ ਆਪਾਂ ਕਿਸੇ ਉਹਨਾਂ ਨੂੰ ਸਮਝਾਉਣਾ ਨੀ ਚਾਹੀਦਾ। ਬੇਸਿਕਲੀ ਕੀ ਹੈ, ਜਦੋਂ ਘਰਦੇ ਜਦੋਂ ਹੀ ਘਰਦੇ ਆਪਣੀ ਮੈਚਿਓਰਿਟੀ ਵੱਲ ਵੱਧਦੇ ਨੇ ਨਾ, ਉਹਨਾਂ ਦਾ ਇਹ ਥੋੜੀ ਹੁੰਦਾ ਕਿ ਤੁਹਾਨੂੰ ਉਹ ਦੱਸਣਾ ਚਾਹੁੰਦੇ ਨੇ ਜ਼ਿੰਦਗੀ ਕਿਵੇਂ ਜੀਓ, ਉਹ ਤਾਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਆ। ਤੇ ਜਦੋਂ ਅਸੀਂ ਘਰਦਿਆਂ ਨੂੰ ਟੋਕਣ ਲੱਗ ਜਾਂਦੇ ਨਾ, ਉਹ ਟੋਕਣ ਦੇ ਨਾਲ ਆਪਦੀ ਗੱਲ ਕਹਿਣੀ ਬੰਦ ਕਰ ਦਿੰਦੇ ਨੇ। ਜਦੋਂ ਆਪਦੀ ਘਰਦੇ ਗੱਲ ਕਹਿਣੀ ਬੰਦ ਕਰ ਦਿੰਦੇ ਨੇ, ਫਿਰ ਉਹਨਾਂ ਨੂੰ ਲੱਗਦਾ ਸਾਡੀ ਗੱਲ ਕੋਈ ਸੁਣਨਾ ਆ ਰਹੀ ਆ, ਤੇ ਇਹ ਮਾਂ ਪਿਓ ਨੂੰ ਕਦੀ ਨਹੀਂ ਲੱਗਣਾ ਚਾਹੀਦਾ। ਉਹ ਗੱਲ ਸਹੀ ਕਰਨ, ਤੁਹਾਡੇ ਹਿਸਾਬ ਨਾਲ ਉਹ ਗੱਲ ਗਲਤ ਹੋਵੇ ਭਾਵੇਂ, ਫਿਰ ਵੀ ਸੁਣੋ, ਫਿਰ ਵੀ ਹਾਮੀ ਭਰੋ, ਕੋਈ ਰੌਲਾ ਨਹੀਂ, ਕੋਈ ਉਹ 'ਚ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਨਾ, ਉਸ 'ਚ ਚੰਗਾ ਹੀ ਹੋ ਰਿਹਾ। ਤੇ ਉਹਨਾਂ ਨੂੰ ਐਂ ਲੱਗ ਰਿਹਾ ਕਿ ਸਾਡਾ ਪੁੱਤ ਸਾਡੀ ਗੱਲ ਸੁਣ ਰਿਹਾ, ਸਾਡੀ ਧੀ ਜਾਂ ਸਾਡਾ ਪੁੱਤ ਗੱਲ ਸੁਣ ਰਿਹਾ, ਇੰਨੀ ਕੀ ਖੁਸ਼ੀ ਹੈ, ਇੰਨੀ ਕੀ ਹੌਸਲਾ ਹੀ ਕਿੰਨਾ ਹੁੰਦਾ ਵੀ ਜਦੋਂ ਪੁੱਤ ਕੋਲ ਬੈਠਾ, ਹੈ ਨਾ, ਧੀ ਕੋਲ ਬੈਠੀ ਗੱਲਾਂ। ਇਹ ਮੇਜਰ ਡਿਫਰੈਂਸ ਲੱਗਦਾ ਮੈਨੂੰ ਵੀ, ਆਪਾਂ ਕਹਿੰਦੇ ਨਹੀਂ ਡੈਡੀ ਤੈਨੂੰ ਨੀ ਪਤਾ, ਜਾਂ ਮੰਮੀ ਨੂੰ ਕਹਿੰਦੇ ਮੰਮੀ ਨਹੀਂ ਤੁਹਾਨੂੰ ਨੀ ਪਤਾ ਕਿੱਦਾਂ, ਉਹ ਜੋ ਕਹਿ ਰਿਹਾ ਆਪਦੇ ਐਕਸਪੀਰੀਅੰਸ ਨਾਲ ਕਹਿ ਰਹੇ ਹੋ, ਠੀਕ ਆ ਬਸ, ਉਹਨੂੰ ਐਕਸੈਪਟ ਕਰ ਲਓ। ਕਈ ਵਾਰੀ ਹੁੰਦਾ ਵੀਰੇ ਮੰਮੀ ਕੋਈ ਗੱਲ 10ਵੀਂ ਵਾਰ ਵੀ ਦੱਸ ਦਿੰਦੇ, ਅੱਛਾ ਜੇ ਪੁੱਛੋ ਫਲਾਣੀ ਭੂਆ ਨਾਲ ਗੱਲ ਹੋਈ ਸੀ, ਫਿਰ ਉਹਨਾਂ ਨੇ ਪਤਾ ਕਿੱਥੋਂ ਸ਼ੁਰੂ ਕਰਦਾ, ਪਹਿਲਾਂ ਮੈਂ ਤੇਰੀ ਭੂਆ ਨੂੰ ਫੋਨ ਕੀਤਾ, ਉਹਨੇ ਨਾ ਚੱਕਿਆ, ਫਿਰ ਉਹਨੇ ਕੀਤਾ, ਫਿਰ ਮੈਂ ਸੁੱਤੀ ਪਈ ਸੀ। ਅੱਛਾ ਉਹਨਾਂ ਨੇ ਇਹ ਨਹੀਂ ਕਹਿਣਾ ਸਿੱਧਾ ਕਿ ਹਾਂ ਗੱਲ ਹੋ ਗਈ ਸੀਗੀ, ਸ਼ੁਰੂ ਤੋਂ ਉਹਨਾਂ ਨੇ ਸੁਣ ਲਈ ਦੀ ਆ, ਸਟੋਰੀ ਕ੍ਰੀਏਟ ਕਰਦੀ ਹੈ ਨਾ, ਸੁਣ ਲਈ ਦੀ ਆ, ਤੇ ਫਿਰ ਬਾਅਦ ਚੋਂ ਦੱਸੀ ਤਾਂ ਮੰਮੀ ਇਹ 10ਵੀਂ ਵਾਰ ਦੱਸੀ ਗੱਲ। ਵਾਕਈ ਇੱਕ ਨਾ ਮੈਂ ਭੈਣੇ ਤੁਹਾਡੇ ਤੋਂ ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹਣਾ, ਜਿੱਦਾਂ ਹੁਣ ਭੈਣਾਂ ਦੀ ਗੱਲ ਹੋ ਰਹੀ ਹੈ, ਧੀਆਂ ਦੀ ਗੱਲ ਹੋ ਰਹੀ ਹੈ, ਜਦੋਂ ਦੋ ਭਰਾ ਇਕੱਠੇ ਹੁੰਦੇ ਆ, ਅਲੱਗ ਹੋ ਜਾਂਦੇ ਆ, ਸਭ ਤੋਂ ਫੇਸ ਉਦੋਂ ਧੀਆਂ ਨੂੰ ਉਦੋਂ ਕਰਨਾ ਪੈਂਦਾ ਜਦੋਂ ਵੱਡਾ ਕਹਿੰਦਾ ਪਹਿਲਾਂ ਛੋਟੇ ਵੱਲ ਜਾਏ, ਛੋਟਾ ਕਹਿੰਦਾ ਵੱਡੇ ਵੱਲ ਕਿਉਂ ਜਾਏ, ਨਹੀਂ ਵੀਰੇ ਉਦੋਂ ਇਹ ਚੀਜ਼ ਕੀ ਵੀਤਦੀ ਹੋਣੀ, ਹੈ ਨਾ।
ਅਸੀਂ ਉਹ ਚੀਜ਼ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ ਸ਼ਾਇਦ ਮੁੰਡੇ ਤੋਂ ਉਹ ਚੀਜ਼ ਮੈਨ ਕਿਉਂਕਿ ਅਸੀਂ ਆਪਦੇ ਘਰ 'ਚ ਸਿਚੁਏਸ਼ਨ ਨਹੀਂ ਦੇਖੀ ਹੈਗੀ ਪਰ ਮੈਨੂੰ ਇਹ ਲੱਗਦਾ ਜਦੋਂ ਮੇਰੀ ਮੰਮੀ ਨਾਨਕੇ ਜਾਂਦੀ ਆ ਉਦੋਂ ਉਹਨੂੰ ਜ਼ਰੂਰ ਹੁੰਦਾ ਪਰ ਜਦੋਂ ਮਤਲਬ ਇੱਕ ਮਾਮੇ ਵੱਲ ਬੈਠਦੀ ਆ ਤਾਂ ਉਹਨੂੰ ਇਹ ਹੁੰਦਾ ਕਿ ਇਹਨਾਂ ਨੂੰ ਲੱਗੇ ਕਿ ਮੈਨੂੰ ਇਹਨਾਂ ਦੇ ਘਰੇ ਆਉਣ ਦਾ ਵੀ ਬਹੁਤ ਚਾਅ ਸੀ ਫਿਰ ਉਹ ਦੂਜਿਆਂ ਦੇ ਘਰੇ ਜਾਂਦੀ ਆ ਉੱਥੇ ਜਾ ਕੇ ਉਹ ਇਹ ਮਹਿਸੂਸ ਕਰਾਉਣਾ ਚਾਹੁੰਦੀ ਹੁੰਦੀ ਹੈ ਕਿ ਇਹਨਾਂ ਨੂੰ ਵੀ ਲੱਗੇ ਕਿ ਮੈਂ ਇਹਨਾਂ ਦਾ ਵੀ ਓਨਾ ਹੀ ਪਿਆਰ ਕਰਦੀ ਹਾਂ ਇਹਨਾਂ ਦੇ ਲਈ ਵੀ ਮੈਂ ਓਨੇ ਚਾਅ ਨਾਲ ਆਈ ਹਾਂ ਹੈ ਨਾ ਮੈਨੂੰ ਲੱਗਦਾ ਕਿ ਜਦੋਂ ਦੋ ਭਰਾ ਅੱਡ ਹੁੰਦੇ ਨੇ ਤਾਂ ਵਾਕਈ ਉੱਥੇ ਕੁੜੀਆਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸਭ ਤੋਂ ਜ਼ਿਆਦਾ ਔਖਾ ਉਹਨਾਂ ਦੇ ਲਈ ਹੁੰਦਾ ਅਤੇ ਉਹ ਸ਼ਾਇਦ ਉਹ ਬੋਲ ਕੇ ਦੱਸਦੀਆਂ ਨੇ ਭਾਵੇਂ ਉਹਦੇ ਘਰੇ ਵਿਆਹ ਕੇ ਚਲੇ ਗਈਆਂ ਨੇ ਪਰ ਭਰਾ ਅੱਡ ਹੁੰਦੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਹੁੰਦੇ ਬਿਲਕੁਲ ਅੱਜ ਮੈਨੂੰ ਸੱਚੀ ਮੈਨੂੰ ਬਹੁਤ ਸਿਆਣੀ ਆਪਾਂ ਗੱਲਾਂ ਕੀਤੀਆਂ ਸੋ ਜੈ ਵੀਰੇ ਜਿੱਦਾਂ ਨਾ ਸ਼ੁਰੂਆਤ ਸਿੰਗਿੰਗ ਤੋਂ ਹੋਈ ਮੈਂ ਤੁਹਾਨੂੰ ਪਰਸਨਲੀ ਬਹੁਤ ਵਾਰੀ ਪੁੱਛਣਾ ਚਾਹਿਆ ਸਿੰਗਿੰਗ ਨੂੰ ਹੁਣ ਤੁਸੀਂ ਅੱਗੇ ਕੈਰੀਅਰ ਨੂੰ ਰੱਖੋਗੇ ਜਾਂ ਤੁਸੀਂ ਹੁਣ ਵਿੱਚ ਛੱਡ ਵੀ ਦਿੱਤਾ ਸੀਗਾ ਨਹੀਂ ਇੱਦਾਂ ਕੋਈ ਸੋਚਿਆ ਨਹੀਂ ਆ ਇੱਦਾਂ ਮੈਂ ਕਰਨਾ ਇਹ ਤਾਂ ਮੈਂ ਸੋਚ ਸਮਝ ਕੇ ਨਹੀਂ ਆ ਕੁਛ ਵੀ ਕਿਹਾ ਇੱਦਾਂ ਦਿਮਾਗ 'ਚ ਨਹੀਂ ਹੈਗੀ ਇਹ ਗੱਲ ਜੇ ਦਿਲ ਕੀਤਾ ਕਰ ਲਾਂਗੇ ਜੇ ਨਹੀਂ ਕੀਤਾ ਤਾਂ ਨਹੀਂ ਇੱਦਾਂ ਨਹੀਂ ਕੁਛ ਕੋਈ ਮਿਲਿਆ ਤਾਂ ਜ਼ਰੂਰ ਤੁਸੀਂ ਹਾਂਜੀ ਹਾਂਜੀ ਜ਼ਰੂਰ ਜੇ ਲੱਗਿਆ ਸਬੱਬ ਬਣਿਆ ਕਿ ਹਾਂ ਕਰਨਾ ਚਾਹੀਦਾ ਤਾਂ ਕਰ ਲੂੰਗਾ ਪਰ ਹਾਲੇ ਮੇਰਾ ਜਿੱਦਾਂ ਮੈਂ ਜਿਹੜਾ ਇੱਕ ਚੀਜ਼ ਕਰਨਾ ਚਾਹੁੰਦਾ ਉਹ ਇਹੀ ਹੈ ਕਿ ਮੈਂ ਫਿਲਮਾਂ ਬਹੁਤ ਵਧੀਆ ਅਤੇ ਵੱਡੀਆਂ ਕਰਨਾ ਚਾਹੁੰਦਾ ਵੱਡੀਆਂ ਮਤਲਬ ਕਿ ਫਿਲਮਾਂ ਦਾ ਰਿਜ਼ਲਟ ਵੱਡਾ ਹੋਣਾ ਚਾਹੀਦਾ ਨੋਟ ਕਿ ਮਤਲਬ ਕੰਟੈਂਟ ਵਾਈਜ਼ ਮੈਨੂੰ ਵਧੀਆ ਫਿਲਮਾਂ ਮਿਲਣੀਆਂ ਚਾਹੀਦੀਆਂ ਐਂਡ ਵਧੀਆ ਕਹਾਣੀਆਂ ਮਿਲਣੀਆਂ ਚਾਹੀਦੀਆਂ ਤਾਂ ਕਿ ਆਪਾਂ ਪੰਜਾਬੀ ਸਿਨੇਮੇ ਨੂੰ ਮਤਲਬ ਪੈਨ ਇੰਡੀਆ ਵਰਲਡ ਲੈਵਲ 'ਤੇ ਰੈਕਗਨਾਈਜੇਸ਼ਨ ਦਿਵਾ ਸਕੀਏ ਸੋ ਭੈਣੇ ਤੁਸੀਂ ਇਹ ਐਕਟਿੰਗ ਦੇ ਵਿੱਚ ਬਾਈ ਚਾਂਸ ਹੋ ਗਿਆ ਸੋਚ ਕੇ ਆਏ ਸੀਗੇ ਨਹੀਂ ਇਹ ਬਾਈ ਚਾਂਸ ਹੀ ਹੋਇਆ ਮੈਨੂੰ ਲੱਗਦਾ ਨਹੀਂ ਸੀ ਹੁੰਦਾ ਕਦੇ ਵੀ ਮੈਨੂੰ ਐਕਟਿੰਗ ਚੰਗੀ ਬਹੁਤ ਲੱਗਦੀ ਹੁੰਦੀ ਸੀਗੀ ਪਰ ਮੈਨੂੰ ਐਂ ਲੱਗਦਾ ਸੀਗਾ ਕਿ ਮੇਰੇ ਤੋਂ ਹੋਣੀ ਨਹੀਂ ਮੈਨੂੰ ਅੱਜ ਵੀ ਇਹ ਲੱਗਦਾ ਮੈਂ ਹਾਲੇ ਤੱਕ ਜਿਹੜਾ ਆਪਣਾ ਗਾਣਾ ਰਿਲੀਜ਼ ਹੋਇਆ ਨਾ ਮੈਂ ਉਹਦੀ ਵੀਡੀਓ ਨਹੀਂ ਦੇਖੀ ਕਿਉਂਕਿ ਮੈਨੂੰ ਇੰਨੀ ਸੰਗ ਲੱਗਦੀ ਅੱਛਾ ਕਿ ਉੱਥੇ ਜਦੋਂ ਪਰਫਾਰਮ ਵੀ ਕਰੇ ਸੀ ਮਨੀਸ ਸਰ ਆ ਕੇ ਮੈਨੂੰ ਕਹਿੰਦੇ ਖੁਸ਼ੀ ਦਿਖ ਨਹੀਂ ਰਹੀ ਫੇਸ 'ਤੇ ਦਿਖ ਨਹੀਂ ਰਹੀ ਹੈ ਨਾ ਕਿਉਂਕਿ ਉਹ ਮੈਂ ਇੰਨੀ ਜ਼ਿਆਦਾ ਨਰਵਸ ਸੀ ਮੈਂ ਕਦੇ ਗਾਣਾ ਨਹੀਂ ਸੀ ਪਹਿਲਾਂ ਸ਼ੂਟ ਕੀਤਾ ਅਤੇ ਉਹ ਸਿਚੁਏਸ਼ਨ ਕਦੇ ਮੈਨੂੰ ਪਤਾ ਹੀ ਨਹੀਂ ਸੀ ਵੀ ਕਿਵੇਂ ਸ਼ੂਟ ਹੁੰਦਾ ਹੁੰਦਾ ਗਾਣਾ ਉੱਥੇ ਕਿਵੇਂ ਤੁਸੀਂ ਕੀ ਪਰਫਾਰਮ ਕਰਨਾ ਹੁੰਦਾ ਜਾਂ ਫੇਸ ਐਕਸਪ੍ਰੈਸ਼ਨਸ ਕੀ ਰੱਖਣੇ ਹੁੰਦੇ ਨੇ ਨਾ ਤਾਂ ਉਹ ਮੈਨੂੰ ਅੱਜ ਵੀ ਨਹੀਂ ਲੱਗਦਾ ਪਰ ਜਿਵੇਂ ਕਿਹਾ ਕਿ ਜੋ ਤੁਹਾਡੀ ਕਿਸਮਤ 'ਚ ਲਿਖਿਆ ਹੁੰਦਾ ਉਹ ਤੁਹਾਡੇ ਤੱਕ ਆਉਣਾ ਹੀ ਹੁੰਦਾ ਸੋ ਫਿਲਮਾਂ ਦੇਖਣ ਦੇ ਸ਼ੌਕੀਨ ਹੈਗੇ ਤੁਸੀਂ ਫਿਲਮਾਂ ਵੇਖਦੇ ਹਾਂਜੀ ਹਾਂ ਹਾਂ ਸਿਨੇਮਾ ਮੈਨੂੰ ਬਹੁਤ ਪਿਆਰਾ ਲੱਗਦਾ ਤੁਸੀਂ ਵੇਖਦੇ ਹੋ ਵੀਰੇ ਹਾਂਜੀ ਹਾਂਜੀ ਫਿਲਮਾਂ ਤਾਂ ਵੇਖ ਕੇ ਸਿੱਖਦੇ ਆਪਾਂ ਨਹੀਂ ਕਈ ਵਾਰੀ ਨਾ ਅਸੀਂ ਬਹੁਤ ਵਾਰ ਇੰਟਰਵਿਊ ਅਸੀਂ ਕਰਦੇ ਹਾਂ ਤੇ ਉਹਦੇ ਵਿੱਚ ਐਕਟਰ ਕਈ ਵਾਰੀ ਕਹਿੰਦੇ ਯਾਰ ਫਿਲਮ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਫਿਲਮ ਵੇਖੀ ਨੂੰ ਨਹੀਂ ਫਿਰ ਉਹ ਰਿਆਜ਼ ਕਿੱਦਾਂ ਕਰਦੇ ਹੋਣਗੇ ਪਤਾ ਕਿਵੇਂ ਲੱਗੂਗਾ ਗਾਇਕ ਦੀ ਤਿਆਰੀ ਹੈ ਰਿਆਜ਼ ਆਪਣੇ ਤੱਕ ਸੀਮਤ ਹੁੰਦੇ ਵੀ ਆਪਣੀਆਂ ਵੇਖ ਲੈਂਦੇ ਆ ਪਰ ਦੂਜੇ ਦੀ ਕਦੇ ਵੇਖੀ ਨਹੀਂ ਮੈਂ ਤਾਂ ਬਹੁਤ ਫਿਲਮਾਂ ਦੇਖਦਾ ਮੈਂ ਬਹੁਤ ਫਿਲਮਾਂ ਦੇਖਦਾ ਮੈਂ ਦੇਖਦਾ ਕੀ ਕਰ ਸਕਦੇ ਹਾਂ ਕੀ ਵਧੀਆ ਕਿਉਂਕਿ ਜਿਹੜੀ ਕਿਸੇ ਨੇ ਫਿਲਮ ਬਣਾਈ ਹੈ ਉਹਨੇ ਬਹੁਤ ਮਿਹਨਤ ਕਰਕੇ ਬਣਾਈ ਜਦੋਂ ਆਪਾਂ ਕਿਸੇ ਦੀ ਮਿਹਨਤ ਦੇਖਦੇ ਹਾਂ ਆਪਾਂ ਇਹ ਦੇਖਦੇ ਅੱਛਾ ਕਿਆ ਇੱਦਾਂ ਕਰਕੇ ਇਹਨਾਂ ਨੇ ਇੱਦਾਂ ਕੀਤਾ ਆਪਾਂ ਵੀ ਇੱਦਾਂ ਕਰ ਸਕਦੇ ਹਾਂ ਤੁਹਾਨੂੰ ਇੱਕ ਇੰਸਪੀਰੇਸ਼ਨ ਵੀ ਤਾਂ ਮਿਲਦੀ ਆ ਤਾਂ ਤੁਹਾਨੂੰ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੁਹਾਨੂੰ ਇਹ ਪਤਾ ਲੱਗਦਾ ਕਿ ਦੁਨੀਆਂ 'ਚ ਕਿੰਨੇ ਟੈਲੈਂਟਡ ਲੋਕ ਨੇ ਕੀ ਕੁਛ ਕਰ ਰਹੇ ਨੇ ਨਹੀਂ ਤਾਂ ਜੇ ਆਪਾਂ ਕਿਸੇ ਦਾ ਕੰਮ ਨਹੀਂ ਦੇਖਾਂਗੇ ਤਾਂ ਆਪਾਂ ਨੂੰ ਇਹ ਕਿੱਦਾਂ ਪਤਾ ਲੱਗੂਗਾ ਕਿ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਜੈ ਹੋਰਾਂ ਚ ਕੋਈ ਇੱਕ ਚੀਜ਼ ਉਹ ਤੁਹਾਨੂੰ ਲੱਗਦਾ ਤੁਹਾਡੇ ਚ ਹੈਗੀ ਹੈ ਸਾਰਿਆਂ ਚ ਹੋਣੀ ਚਾਹੀਦੀ ਹੈ ਜਿੰਨੇ ਭਾਜੀ ਆਪਣੇ ਕੰਮ ਨੂੰ ਲੈ ਕੇ ਨਾ
ਮਤਲਬ ਇਹਨਾਂ 'ਚ ਜਨੂਨ ਹੁੰਦਾ, ਇਹਨਾਂ ਨੂੰ ਦੇਖ ਕੇ ਤੁਹਾਨੂੰ ਵੀ ਇਹ ਲੱਗਦਾ ਵੀ ਤੁਸੀਂ ਤੁਹਾਨੂੰ ਵੀ ਮਿਹਨਤ ਕਰਨੀ ਚਾਹੀਦੀ ਆ ਜਦੋਂ ਇਹ ਸੈੱਟ 'ਤੇ ਆਉਂਦੇ ਨੇ ਨਾ, ਜਾਂ ਕੋਈ ਵੀ ਕੰਮ ਆ, ਤਾਂ ਮੈਨੂੰ ਲੱਗਦਾ ਕਿ ਹਰ ਚੀਜ਼ ਦੇ ਵਿੱਚ ਇੰਨੀ ਇਨਵੋਲਵਮੈਂਟ, ਇੰਨੀ ਇਮਾਨਦਾਰੀ ਹੁੰਦੀ ਹੈ ਨਾ ਇਹਨਾਂ ਦੇ ਕੰਮ 'ਚ, ਮੈਨੂੰ ਲੱਗਦਾ ਕਿ ਉਹ ਕੁਆਲਿਟੀ ਹਰ ਕਿਸੇ 'ਚ ਹੋਣੀ ਚਾਹੀਦੀ ਆ। ਇਹ ਨਹੀਂ ਕਿ ਮੈਨੂੰ ਫੀਸ ਫਿਲਮ ਚੱਲੇ ਨਾ ਚੱਲੇ ਮੈਨੂੰ ਤਾਂ ਫੀਸ ਮਿਲ ਹੀ ਜਾਣੀ ਆ, ਹੈ ਨਾ, ਉਹ ਵਾਲੀ ਚੀਜ਼ ਨਹੀਂ। ਪਰ ਤੁਹਾਡਾ ਕੰਮ, ਤੁਹਾਡੇ ਕੋਲ ਕੰਮ ਉਦੋਂ ਆਊਗਾ ਜਦੋਂ ਤੁਸੀਂ ਕੰਮ ਦੀ ਇੱਜ਼ਤ ਕਰੋਗੇ। ਮੈਨੂੰ ਲੱਗਦਾ ਕਿ ਆਪਣੇ ਕੰਮ ਦੀ ਬਹੁਤ ਇੱਜ਼ਤ ਕਰਦੇ ਨੇ, ਤਾਂ ਉਹ ਕੁਆਲਿਟੀ ਮੈਨੂੰ ਲੱਗਦਾ ਕਿ ਜਿਹੜੀ ਇਹਨਾਂ ਦੇ ਨਾਲ ਨਾਲ ਬਾਕੀ ਸਾਰਿਆਂ 'ਚ ਹੋਣੀ ਚਾਹੀਦੀ। ਬਾਕੀ ਭਾਜੀ ਦੱਸ ਸੋਰੀ ਭਾਜੀ ਨਹੀਂ ਨਹੀਂ ਠੀਕ ਆ ਠੀਕ ਆ। ਇਹ ਤਾਂ ਚਲੋ ਮੈਂ ਕਰਦਾ, ਮੇਰੇ 'ਚ ਮੈਨੂੰ ਆਪਦੇ 'ਚ ਹਜੇ ਕੋਈ ਕੁਆਲਿਟੀ ਇੱਦਾਂ ਦੀ ਨਹੀਂ ਲੱਗਦੀ ਕਿ ਜਿਹੜੀ ਮੈਨੂੰ ਲੱਗਦਾ ਸਾਰ, ਮੈਨੂੰ ਲੱਗਦਾ ਸਾਰਿਆਂ 'ਚ ਹੈਗੀ ਆ, ਲੋਕ ਦੇਖਦੇ ਨੀਗੇ। ਮੈਂ ਚਾਹੁੰਦਾ ਕਿ ਯਾਰ ਮੈਂ ਨਾ ਜਿੱਦਾਂ ਇੱਕ ਚੀਜ਼ ਆ ਜਿਹੜੀ ਬਹੁਤ ਘੱਟ ਲੋਕਾਂ ਨੇ ਨੋਟ ਕੀਤੀ, ਮੇਰੀ ਹਰ ਫਿਲਮ 'ਚ ਨਾ ਇੱਕ ਨਵਾਂ ਬੰਦਾ ਹੁੰਦਾ, ਤੇ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਮੈਂ ਕਿਸ, ਦੇਖੋ ਜਿੱਦਾਂ ਆਪਣੀ ਇਸ ਫਿਲਮ 'ਚ ਚੰਨੀ ਆ, ਦੀਪ ਨੇ ਵੀ ਡੈਬਿਊ ਕੀਤਾ, ਚੰਨੀ ਨੇ ਵੀ ਡੈਬਿਊ ਕੀਤਾ, ਇਹ ਨੀ ਗਾ ਕਿ ਉਹ ਮੇਰੀ ਫਿਲਮ 'ਚ ਨੇ ਤੇ ਡੈਬਿਊ ਹੋਇਆ, ਉਹਨਾਂ ਦਾ ਡੈਬਿਊ ਹੁਣ ਲਿਖਿਆ ਹੀ ਸੀ, ਉਹ ਮੇਰੀ ਫਿਲਮ 'ਚ ਨੇ ਤੇ ਉਹਦਾ ਸ਼ੁਕਰ ਗੁਜ਼ਾਰ ਹਾਂ ਮੈਂ ਕਿ ਮੈਂ ਉਹਨਾਂ ਦੀ ਜਰਨੀ ਦਾ ਹਿੱਸਾ ਬਣਿਆ। ਉਹਨਾਂ ਨੇ ਕਰ ਹੀ ਲੈਣਾ ਉਹ, ਪਰ ਮੈਂ ਚਾਹੁੰਦਾ ਪਰਮਾਤਮਾ ਅੱਗੇ ਮੈਂ ਹਮੇਸ਼ਾ ਅਰਦਾਸ ਕਰਦਾ ਕਿ ਜਿਨ੍ਹਾਂ ਨੇ ਵੀ ਤਰੱਕੀ ਕਰਨੀ, ਜਿਨ੍ਹਾਂ ਨੇ ਵੀ ਆਪਣੀ ਜ਼ਿੰਦਗੀ 'ਚ ਕੁਛ ਕਰਨਾ ਨਾ, ਮੇਰੇ ਕੋਲੋਂ ਕੁਛ ਨਾ ਕੁਛ ਉਹਨਾਂ ਦੀ ਮਦਦ ਜ਼ਰੂਰ ਹੋਵੇ। ਮਤਲਬ ਮੈਂ ਬੜੀ ਕੋਸ਼ਿਸ਼ ਕਰਦਾ ਇਸ ਗੱਲ ਦੀ, ਤੇ ਮੈਂ ਇਹ ਚੀਜ਼ ਲੱਭਦਾ ਕਿ ਇੱਦਾਂ ਹੋਵੇ ਕਿ ਜਿੱਦਾਂ ਕੋਈ ਕੋਈ ਵੀ ਹੋਵੇ ਐਨੀਬਡੀ। ਇਸ ਕਰਕੇ ਮੇਰੀ ਉਹ ਫਿਲਮ 'ਚ ਦੇਖੋ, ਜਿੰਨੀਆਂ ਮੈਂ ਫਿਲਮਾਂ ਕਰੂੰਗਾ ਜ਼ਿੰਦਗੀ 'ਚ, ਹਰ ਵਾਰੀ ਇੱਕ ਬੰਦਾ ਮੈਂ ਹਮੇਸ਼ਾ ਨਵਾਂ ਲੈਣ ਦੀ ਕੋਸ਼ਿਸ਼ ਕਰਦਾ ਕਿ ਇੱਕ ਨਵਾਂ ਬੰਦਾ ਹੋਵੇ ਯਾਰ, ਕਿ ਵਧੀਆ ਹੋਵੇ। ਜੇ ਕਿਸੇ ਦਾ ਕਰੀਅਰ ਬਣਦਾ ਵਧੀਆ, ਤੇ ਉਹ 'ਚ ਚੰਗੀ, ਉਹ ਤੋਂ ਚੰਗੀ ਗੱਲ ਕੋਈ ਨਹੀਂ। ਤਾਰੀਫ ਹੋਵੇ ਪੂਰੇ ਇੰਡੀਆ 'ਚ, ਉਹ ਆਪਾਂ ਬਣਾਉਣੀ ਆ ਟੀਮ ਨਾਲ। ਮਤਲਬ ਮੈਂ ਕਈ ਵਾਰੀ ਕਹਿ ਦਿੰਦਾ ਮੈਂ ਬਣਾਉਣੀ, ਮੈਂ ਇਕੱਲਾ ਨੀ ਕੁਛ ਵੀ ਕਰ ਸਕਦਾ, ਮੇਰੀ ਟੀਮ ਹੀ ਕਰੂਗੀ ਸਾਰੀ। ਜਿੱਦਾਂ ਮਨੀਸ ਸਰ ਹੋਣਗੇ, ਪ੍ਰੋਡਿਊਸਰ ਹੋਣਗੇ, ਜਿਹੜੇ ਵੀ ਹੋਣਗੇ ਹਨਾ, ਰਾਈਟਰਸ ਹੋਣਗੇ, ਅਸੀਂ ਉਹਦੇ ਉੱਤੇ ਬਹੁਤ ਹਾਰਡ ਵਰਕ ਕਰਦੇ ਹਾਂ ਕਿ ਯਾਰ ਅਸੀਂ ਸਿੱਖ ਰਹੇ ਹਾਂ। ਮਤਲਬ ਹਰ ਫਿਲਮ ਦੇ ਨਾਲ ਮੈਂ ਸਿੱਖ ਰਿਹਾ ਕਿ ਇੱਦਾਂ ਕਰ ਸਕਦੇ, ਇੱਦਾਂ ਕਰ ਸਕਦੇ। ਸੋ ਸਾਡੀ ਕੋਸ਼ਿਸ਼ ਇਹ ਆ, ਐਂਡ ਉਹ ਬਣਨੀ ਵੀ ਉਹ ਆ ਜਿਹੜੀ ਮੈਨੂੰ ਪਤਾ ਵੀ ਨਹੀਂ ਹੋਣੀ ਕਦੋਂ ਬਣ ਗਈ। ਮਤਲਬ ਇਹ ਵੀ ਨਹੀਂ ਗਾ ਕਿ ਮੈਂ ਸੋਚ ਕੇ ਬਣਾ ਰਿਹਾ, ਇੱਦਾਂ ਨਹੀਂ ਹੋਣਾ, ਬੰਨੀ ਆਪੇ ਹੀ ਆ ਉਹ। ਪਰ ਹਾਂ, ਸਾਡਾ ਐਫਰਟ ਇਹ ਆ ਕਿ ਇਹ ਹੋਣਾ ਚਾਹੀਦਾ। ਮਤਲਬ ਇਹ ਜ਼ਰੂਰਤ ਆ ਕਿ ਯਾਰ ਪੰਜਾਬੀ ਸਿਨੇਮਾ ਇੰਨਾ ਪੁਰਾਣਾ, ਇੰਨੇ ਟਾਈਮ ਤੋਂ ਚੱਲ ਰਿਹਾ, ਤੇ ਇੱਕ ਮੈਨ ਇੰਡੀਆ ਫਿਲਮ ਤਾਂ ਹੋਵੇ ਜਿਹੜਾ ਬੈਠਾ ਬੰਦਾ ਬੈਂਗਲੋਰ ਵਗੈਰਾ ਵੀ ਕਵੇ ਕਿ ਪੰਜਾਬੀ ਸਿਨੇਮਾ ਐ ਹੋਣਾ ਚਾਹੀਦਾ। ਇਨ ਫਿਊਚਰ ਜੇ ਕਿਸੇ ਨਾਲ ਕੋਲੈਬ ਕਰਨੀ ਹੋਈ ਤਾਂ ਕਿਹਨਾਂ ਨਾਲ ਕਰੋਗੇ? ਫਿਲਮਾਂ 'ਚ? ਫਿਲਮਾਂ 'ਚ ਮੈਂ ਤਾਂ ਸਾਰਿਆਂ ਨੇ ਕਰਨਾ ਚਾਹੁੰਦਾ, ਕੋਈ ਮੇਰੇ ਨਾਲ ਕਰਨਾ ਚਾਹੁੰਦਾ ਸਪਨਾ ਹੁੰਦਾ ਨਹੀਂ ਸਮਝ ਜਾਂਦਾ ਵੀ ਏਦਾਂ ਹੋ ਜਾਏ ਤਾਂ ਅਲੂ ਅਰਜਨ ਜੀ ਨਾਲ ਹੋ ਜਾਏ ਵਧੀਆ, ਪਰ ਉਹਨਾਂ ਨੇ ਇਹ ਪਤਾ ਨੀ, ਇਹ ਤਾਂ ਸਬੱਬ ਹੀ ਜਾਂਦਾ। ਮਤਲਬ ਏਦਾਂ ਕੋਈ ਉਹ ਨੀਗਾ, ਪਰ ਜਸਟ ਇੱਕ ਇਮੈਜੀਨੇਸ਼ਨ 'ਚ ਇੱਕ ਥੋਟ ਆ ਕਿ ਇੱਕ ਫਿਲਮ ਕਰੀ ਕਿੰਨੀ ਵਧੀਆ ਲੱਗੂਗੀ। ਕਿਆ ਬਾਤ ਹੈ, ਤੁਹਾਨੂੰ ਲੱਗਦਾ ਕਿ ਸਾਊ ਬੰਦੇ ਦਾ ਅੱਜ ਕੱਲ੍ਹ ਟਾਈਮ ਹੈ ਜੀ ਵਿਗੜਨਾ ਜ਼ਰੂਰੀ ਆ ਥੋੜਾ ਬਹੁਤਾ? ਨਹੀਂ ਨਹੀਂ ਨਹੀਂ, ਸਾਊ ਤੇ ਸਿੱਧੇ ਬੰਦੇ ਦਾ ਹੀ ਟਾਈਮ ਆ, ਤੇ ਸਾਊ ਤੇ ਸਿੱਧੇ ਬੰਦੇ ਦੀ ਹੀ ਰੱਬ ਸੌਂਦਾ। ਮਤਲਬ ਕਿਸੇ ਵੀ ਐਸਪੈਕਟ 'ਚ ਦੇਖ ਲਓ ਹਨਾ, ਮਤਲਬ ਐਂ ਤਾਂ ਨੀ ਹੈਗਾ ਨਾ, ਦੇਖੋ ਵੀਰੇ ਜਾਂ ਤਾਂ ਕੋਈ ਚਲਾਕੀ ਚਲੁਕੀ ਵਾਲਾ ਬੰਦਾ ਬਾਹਲਾ ਟਾਈਮ ਸਰਵਾਈਵ ਕਰਦਾ, ਨਾ ਉਹਦਾ ਕੋਈ ਪਰਮਾਤਮਾ ਸੌਂਦਾ। ਸਾਊ ਤੇ ਸਿੱਧਾ ਬੰਦੇ ਨੂੰ ਮਾੜਾ ਹੋ ਸਕਦਾ, ਦੋ ਤਿੰਨ ਵਾਰੀ ਹੋ ਜੂਗਾ, ਚਾਰ ਵਾਰ ਪੰਜ ਵਾਰੀ ਹੋਜੂ, ਪਰ ਪਰਮਾਤਮਾ ਮਾੜਾ ਹੋਣ ਇੰਨਾ ਜ਼ਿਆਦਾ ਥੱਲੇ ਡਿੱਗਣ ਦਿੰਦਾ ਨੀਗਾ, ਤਾਂ ਉਹਨਾਂ ਤੋਂ ਉੱਤੇ, ਕਿਉਂਕਿ ਜੇ ਸਾਊ ਤੇ ਸਿੱਧਾ ਬੰਦਾ ਚੱਲ ਗਿਆ ਤੇ ਦੁਨੀਆਂ ਤੋਂ ਇਨਸਾਨੀਅਤ ਚੱਲ ਜਾਣੀ, ਸੱਚਾਈ ਚੱਲ ਜਾਣੀ, ਤੇ ਜੇ ਝੂਠ ਜਿੱਤ ਗਿਆ ਤੇ ਸੱਚਾਈ ਮੁੱਕ ਗਈ ਤੇ ਫਿਰ ਤੇ ਇਮਬੈਲੈਂਸ ਹੋ ਜੂਗਾ। ਤੇ ਪਰਮਾਤਮਾ ਸਾਰੀ ਚੀਜ਼ਾਂ ਦਾ ਬੈਲੈਂਸ ਕਰਦਾ, ਜਿੰਨਾ ਚੰਗਾ ਓਨਾ ਮਾੜਾ। ਸੋ ਏਦਾਂ ਨੀ, ਆਪਾਂ ਦੇਖਣ ਦਾ ਨਜ਼ਰੀਆ ਹੁੰਦਾ, ਆਪਾਂ ਦੇਖਣਾ ਚੰਗੇ ਪਾਸੇ ਹੁੰਦਾ ਬਸ। ਜੇ ਜੱਟ ਵਿਗੜ ਗਿਆ ਫਿਰ ਕੀ ਹੋਊ?
ਜੀਜਟ ਵਿਗੜ ਗਿਆ ਫਿਲਮ ਜੀਜਟ ਵਿਗੜ ਗਿਆ ਜੀਜਟ ਵਿਗੜ ਗਿਆ ਤੇ ਫਿਲਮ ਜਿਹੜੀ ਆ ਜੀਜਟ ਨਾ ਹੀ ਵਿਗੜੇ ਵੈਸੇ ਤਾਂ ਜੀਜਟ ਵਿਗੜ ਗਿਆ ਤੇ ਵਿਗੜੂਗਾ ਕਾਰਨ ਕੀ ਆ ਉਹ ਡਿਪੈਂਡ ਕਰਦਾ ਪਰ ਵਿਗੜਨਾ ਨਹੀਂ ਚਾਹੀਦਾ ਫਿਲਮ ਚ ਜਦੋਂ ਵਿਗੜਦਾ ਉਹ ਤੁਸੀਂ ਆਪ ਕਹੋਗੇ ਕਿ ਜੱਟ ਵਿਗੜੇ ਇਹ ਤੁਸੀਂ ਕਹੋਗੇ ਤੇ ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪਊਗੀ ਸੋ ਥੈਂਕ ਯੂ ਸਾਨੂੰ ਸਮਾਂ ਦੇਣ ਦੇ ਲਈ ਔਰ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਜ਼ਿਆਦਾ ਬੋਰ ਨਹੀਂ ਕੀਤਾ ਹੋਣਾ ਥੋੜਾ ਬਹੁਤਾ ਕੀਤਾ ਹੋਣਾ ਪਰ ਬਹੁਤ ਜ਼ਿਆਦਾ ਨਹੀਂ ਕੀਤਾ ਹੋਣਾ ਨਹੀਂ ਵਧੀਆ ਗੱਲ ਬਾਤ ਨਹੀਂ ਵਧੀਆ ਗੱਲ ਬਾਤ ਹੋ ਗਈ ਥੈਂਕ ਯੂ ਮੈਨੂੰ ਲੱਗਦਾ ਇੰਟਰਵਿਊ ਦੇਣਾ ਵੀ ਵਧੀਆ ਲੱਗਦਾ ਮੈਂ ਤਾਂ ਇੰਜੋਏ ਕੀਤਾ ਤੁਸੀਂ ਸੋਚਦੇ ਆ ਨਾ ਕਿ ਹੁਣ ਜਿਹੜੀ ਗੱਲ ਪੁੱਛਣਗੇ ਉਹਦਾ ਹੀ ਜਵਾਬ ਦੇਣਾ ਤੁਸੀਂ ਹਾਂ ਹਾਂ ਕਈ ਵਾਰੀ ਏਦਾਂ ਹੁੰਦਾ ਮੇਰਾ ਲਾਸਟ ਸਵਾਲ ਹੀ ਹੈ ਮੈਂ ਤੁਹਾਨੂੰ ਵੈਸੇ ਬਹੁਤ ਜਦੋਂ ਆਪਾਂ ਸਵਾਲ ਪਹਿਣੇ ਕਰਦੇ ਹੁੰਦੇ ਆ ਨਾ ਇੱਕ ਸਵਾਲ ਸਾਡੇ ਮਗਰ ਦਿਮਾਗ 'ਚ ਵੀ ਹੁੰਦਾ ਇਸ ਤੋਂ ਬਾਅਦ ਮੈਂ ਸਵਾਲ ਪੁੱਛਣਾ ਤੁਹਾਡੇ 'ਚ ਵੀ ਆਉਂਦਾ ਮੇਰੇ ਹੁੰਦਾ ਪਰ ਮੈਨੂੰ ਇਹ ਹੁੰਦਾ ਹੈ ਕਿ ਜੋ ਗੱਲਬਾਤ ਦੀ ਲੈ ਚੋਂ ਸਵਾਲ ਨਿਕਲੇ ਉਹ ਜ਼ਿਆਦਾ ਵਧੀਆ ਹੁੰਦਾ ਬੈਕ ਆਫ ਦਾ ਮਾਈਂਡ ਤੁਸੀਂ ਸੇਫ ਰੱਖਦੇ ਹੋ ਆਪਣੇ ਆਪ ਨੂੰ ਕਿ ਹਾਂ ਮਤਲਬ ਟੋਟਲੀ ਤੁਸੀਂ ਬਲੈਂਕ ਨਾ ਹੋਵੋ ਤੁਹਾਡਾ ਇੱਕ ਸਟਰਕਚਰ ਪਲਾਨ ਕੀਤਾ ਹੁੰਦਾ ਇੰਟਰਵਿਊ ਦਾ ਤੁਸੀਂ ਉਹਦੇ ਨਾਲ ਸਟਿੱਕ ਰਹਿੰਦੇ ਹੋ ਪਰ ਮੈਨੂੰ ਇਹ ਹੁੰਦਾ ਕਿ ਜੋ ਗੱਲਬਾਤ ਕਰਦੇ ਹੋਏ ਸਵਾਲ ਨਿਕਲਦਾ ਹੈ ਅਗਲਾ ਉਹ ਜ਼ਿਆਦਾ ਵਧੀਆ ਹੁੰਦਾ ਬਿਲਕੁਲ ਸੋ ਆਪਣੇ ਆਡੀਅੰਸ ਨੂੰ ਜਾਂਦੇ ਜਾਂਦੇ ਕਿਉਂਕਿ ਤੁਹਾਨੂੰ ਸੁਣਨ ਵਾਲੇ ਲੋਕ ਵੀ ਕਾਫੀ ਆ ਤੁਸੀਂ ਇਹਨਾਂ ਨਾ ਕਹੋ ਮੈਂ ਕਹਿ ਦਿੰਦੀ ਫਿਲਮ ਮਾਰੀਏ ਜੇ ਜੱਟ ਵਿਗੜ ਗਿਆ 17 ਮਈ ਨੂੰ ਤੁਸੀਂ ਜ਼ਰੂਰ ਜਾਇਓ ਫੈਮਿਲੀ ਫਿਲਮ ਆ ਪੂਰੇ ਪਰਿਵਾਰ ਦੇ ਨਾਲ ਜਾਇਓ ਫਿਲਮ ਦੇ ਵਿੱਚ ਬਹੁਤ ਸਾਰੇ ਇਮੋਸ਼ਨਸ ਤੁਹਾਨੂੰ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਚੰਨੀ ਕਲਾਕਾਰ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਅਤੇ ਉਹਨਾਂ ਦੀ ਕਲਾਕਾਰੀ ਦਾ ਵੀ ਤੁਸੀਂ ਆਨੰਦ ਮਾਣੋਗੇ ਅਤੇ ਬਾਕੀ ਜੈ ਭਾਅ ਜੀ ਉਹਨਾਂ ਦਾ ਸਿਨੇਮਾ ਤਾਂ ਤੁਸੀਂ ਦੇਖਦੇ ਆਏ ਹੋ ਐਕਸ਼ਨ ਦੇਖੂਗਾ ਤੁਹਾਨੂੰ ਸਕਰੀਨ 'ਤੇ ਅਤੇ ਉਹ ਵੀ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਬਸ ਹਾਂਜੀ ਥੈਂਕ ਯੂ ਐਂਡ ਤੁਸੀਂ ਸਾਰੀ ਫੈਮਿਲੀ ਨਾਲ ਜਾਇਓ ਫੈਮਿਲੀ ਦੇ ਸਾਰੇ ਸਟਾਰ ਕਾਸਟ ਨੇ ਜਿੱਦਾਂ ਚੰਨੀ ਵੀਰੇ ਦਾ ਭੈਣ ਉਹਨਾਂ ਨਾਲ ਹੈ ਤਾਂ ਗੁਰਦੀਪ ਜੀ ਉਹਨਾਂ ਨੇ ਪਵਨ ਸਰ ਅਮਨ ਵੀਰਾ ਅਤੇ ਅਭੇ ਅਤਰੀ ਐਂਡ ਦੀਪ ਸਹਿਗਲ ਪਰਮਾਤਮਾ ਸਾਰੇ ਆਰਟਿਸਟ ਜਿੰਨੇ ਆਰਟਿਸਟ ਨੇ ਇਸ ਫਿਲਮ 'ਚ ਪਰਮਾਤਮਾ ਸਾਰਿਆਂ ਨੂੰ ਬਹੁਤ ਤਰੱਕੀਆਂ ਦੇਵੇ ਅਤੇ ਉਹ ਤਰੱਕੀਆਂ ਜਿਹੜੀਆਂ ਤੁਹਾਡੇ 'ਤੇ ਡਿਪੈਂਡ ਨੇ ਸੋ ਤੁਸੀਂ ਫਿਲਮ ਦੇਖ ਕੇ ਆਇਓ ਤਾਂ ਕਿ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਥੋੜ੍ਹਾ ਥੋੜ੍ਹਾ ਹਿੱਸਾ ਪਾਓ